ਬੰਦਾ ਰਾਜੇ ਪੁੱਛੇ ਪੁੱਠੇ ਰਸਤੇ ਪਾਈਏ ਨਾ, ਅੰਨਾ ਬੰਦਾ ਰਾਜੇ ਪੁੱਛੇ ਪੁੱਠੇ ਰਸਤੇ ਪਾਈਏ ਨਾ, ਕਹਿਣ ਸਿਆਣੇ ਵੈਰੀ ਦੇ ਘਰ ਜਾ ਕੇ ਕੁਝ ਵੀ ਖਾਈਏ ਨਾ, ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਵੀਂ ਨੂੰ ਦੱਸੀਏ ਨਾ, ਇੱਕ ਕਿਸੇ ਦੀ ਕਰੋ ਚੁਗਲੀ ਤੇ ਇੱਕ ਮਾੜੇ ਤੇ ਹੱਸੀਏ ਨਾ, ਇੱਕ ਕਿਸੇ ਦੀ ਕਰੋ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ। ਸਿਆਣਿਆਂ ਦੀਆਂ ਕਹੀਆਂ ਹੋਈਆਂ ਇਹਨਾਂ ਗੱਲਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾ, ਸਲਾਮ, ਹੈਲੋ ਹਾਏ ਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਇਹਨਾਂ ਗੱਲਾਂ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਆ ਜਿਹੜੀਆਂ ਹੁਣ ਇਸ ਲਾਈਨ ਦੇ ਵਿੱਚ ਵੀ ਸੀਗੀਆਂ, ਅੰਨਾ ਬੰਦਾ ਰਾਜੇ ਪੁੱਛੇ ਪੁੱਠੇ ਰਸਤੇ ਪਾਈਏ ਨਾ, ਜਿੰਨੀਆਂ ਵੀ ਇਹ ਗੱਲਾਂ ਹੈਗੀਆਂ ਨੇ ਇਹ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਬਹੁਤ ਇਹਨਾਂ ਦਾ ਮਾਇਨਾ ਸੀ, ਕੋਈ ਮਤਲਬ ਸੀ ਇਹਨਾਂ ਦਾ। ਅੱਜ ਕੱਲ੍ਹ ਸਮੇਂ ਦੇ ਨਾਲ ਨਾਲ ਇਹ ਚੀਜ਼ਾਂ ਵੀ ਚੇਂਜ ਹੋ ਗਈਆਂ, ਕਹਾਵਤਾਂ ਚੇਂਜ ਹੋ ਗਈਆਂ, ਮੁਹਾਵਰੇ ਚੇਂਜ ਹੋ ਗਏ। ਚਲੋ ਖੈਰ ਗੱਲਾਂ ਬਾਤਾਂ ਦੀ ਗੱਲ ਕਰੀਏ ਤਾਂ ਗੱਲ ਜਿਹੜੀ ਹੈ ਸਿਆਣੇ ਕਹਿੰਦੇ ਵੀ ਕੋਈ ਚੰਗੀ ਗੱਲ ਹੋਵੇ ਨਾ ਉਹ ਫਟਾਫਟ ਨਿਕਲ ਜਾਂਦੀ ਹੈ, ਕੋਈ ਮਾੜੀ ਗੱਲ ਹੋ ਜਾਵੇ ਮੂੰਹੋਂ ਨਿਕਲ ਜਾਵੇ ਤਾਂ ਉਹਦਾ ਉਹ ਵੀ ਖਹਿੜਾ ਨਹੀਂ ਛੱਡਦੀ ਬਹੁਤ ਛੇਤੀ ਛੇਤੀ। ਤਾਂ ਉਹੀ ਹਾਲ ਸਾਡੇ ਗੁਰਦਾਸ ਮਾਨ ਸਾਹਿਬ ਨਾਲ ਹੋਇਆ ਹੋਇਆ, ਗੱਲ ਮੁੱਕਦੀ ਸੀਗੀ ਇੱਕ ਅੱਖਰ ਦੇ ਨਾਲ, ਉਹਨਾਂ ਨੇ ਮੁਕਾਈ ਨਹੀਂ। ਉਹ ਕਹਿੰਦੇ ਫਿਰ ਬਾਤ ਦਾ ਨਾ ਬਤੰਗੜ ਬਣ ਜਾਂਦਾ ਗੱਲ ਦਾ, ਗੱਲ ਵੱਧ ਜਾਂਦੀ ਹੈ, ਬਤੰਗੜ ਬਣਦੀ ਜਾਂਦੀ ਬਣਦੀ ਜਾਂਦੀ ਬਣਦੀ ਜਾਂਦੀ। ਉਹ ਕਹਿ ਬੈਠੇ ਉੱਥੇ ਇੱਕ ਦਿਨ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਜਿਹੜੀ ਬੱਤੀ ਵਾਲੀ ਗੱਲ ਕਹੀ ਤੀ ਉਹ ਕਿਉਂ? ਕੋਈ ਕਹਿੰਦੇ ਜੀ ਬੱਤੀ ਤਾਂ ਕੀ ਹੈ, ਬੱਤੀ ਤਾਂ ਗੱਡੀ 'ਤੇ ਵੀ ਲੱਗੀ ਹੈ। ਲਓ ਜੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਬੱਤੀ ਦਾ ਕੀ ਹੈ, ਬੱਤੀ ਤਾਂ ਪੰਜਾਬ 'ਚ ਆਉਂਦੀ ਹੀ ਨਹੀਂ, 19 ਘੰਟੇ ਗੈਪ ਰਹਿੰਦੀ ਹੈ। ਬੱਤੀ ਦਾ ਕੀ ਹੈ, ਬੱਤੀ ਦਾ ਆਹ ਇਸ਼ਾਰਾ ਜਿਹੜਾ ਹੈਗਾ ਲਾਈਟ ਵਾਲੀ ਬੱਤੀ ਹੈ, ਲਾਲ ਇਸ਼ਾਰਾ ਕਰਦੀ ਹੈ ਇੱਕ ਬੱਤੀ, ਹਰੀ ਬੱਤੀ ਹਰਾ ਇਸ਼ਾਰਾ ਕਰਦੀ ਹੈ, ਇੱਕ ਪੀਲਾ ਇਸ਼ਾਰਾ ਕਰਦੀ ਹੈ, ਬੱਤੀ ਦਾ ਕੀ ਹੈ। ਚਲੋ ਖੈਰ ਇਹ ਚੀਜ਼ਾਂ ਖਿਲਾਰਾ ਜ਼ਿਆਦਾ ਪਾਉਂਦੀਆਂ, ਇਸ ਗੱਲ 'ਤੇ ਆਪਾਂ ਅੱਜ ਗੱਲ ਨਹੀਂ ਕਰਨੀ। ਖੈਰ ਘੁੰਮ ਘੁੰਮਾ ਕੇ ਵਿਸ਼ਾ ਮੈਨੂੰ ਲੱਗਦਾ ਕਿਸੇ ਨਾ ਕਿਸੇ ਤਰੀਕੇ ਕਿਤੇ ਨਾ ਕਿਤੇ ਜਦੋਂ ਕੋਈ ਇੱਦਾਂ ਦੀ ਗੱਲ ਹੋ ਜਾਵੇ ਉਹ ਕਿਸੇ ਨਾ ਕਿਸੇ ਤਰੀਕੇ ਘੁੰਮ ਕੇ ਫਿਰ ਸਾਡਾ ਖਹਿੜਾ ਨਹੀਂ ਛੱਡਦੀ। ਚਲੋ ਖੈਰ ਜੀ ਖਹਿੜਾ ਛੱਡਣਾ ਵੀ ਨਹੀਂ ਚਾਹੀਦਾ ਕਿਉਂਕਿ ਬਾਹਲੇ ਲੋਕਾਂ ਦਾ ਟਾਈਮ ਜਿਹੜਾ ਇਹ ਚੰਗਾ ਇੱਦਾਂ ਬੀਤ ਜਾਂਦਾ, ਕੋਈ ਇੱਦਾਂ ਦੀ ਖੜਕੇ ਦੜਕੇ ਵਾਲੀ ਖਬਰ ਹੋਵੇ ਚੈਨਲਾਂ ਦਾ ਵਾਹਵਾ ਸੋਹਣਾ ਟਾਈਮ ਲੰਘ ਜਾਂਦਾ, ਖੜਕੇ ਦੜਕੇ ਵਾਲੀ ਕੋਈ ਗੱਲਬਾਤ ਹੋ ਜਾਵੇ ਤਾਂ ਸੋਸ਼ਲ ਮੀਡੀਆ ਵਾਲਿਆਂ ਦਾ ਚੰਗਾ ਟਾਈਮ ਪਾਸ ਹੋ ਜਾਂਦਾ, ਨਹੀਂ ਤਾਂ ਬੈਠੇ ਦੇਖਦੇ ਰਹਿੰਦੇ। ਸਾਡੇ ਇੱਥੇ ਇੱਕ ਬੰਦਾ ਹੈਗਾ ਉਹਨੂੰ ਵੀ ਆਦਤ ਵੀ ਕਿਸੇ ਨਾ ਪੰਗਾ ਉਹਨੇ ਲੈਣਾ ਲੈਣਾ, ਦੂਏ ਚੌਥੇ ਲਾਈਵ ਹੋ ਕੇ ਫੇਸਬੁੱਕ 'ਤੇ ਕਿਸੇ ਨਾ ਕਿਸੇ ਦਾ ਪਹਿਲਾਂ ਲਿਖਦਾ ਅੱਜ 9 ਵਜੇ ਮੈਂ ਫਲਾਨੇ ਵਾਸਤੇ ਲਾਈਵ ਹੋਊਂਗਾ, ਠੀਕ ਹੈ ਜੀ। ਅਤੇ ਉਹ ਤੋਂ ਬਾਅਦ ਲਾਈਵ ਹੋ ਕੇ ਪੰਗਾ ਲੈਣ ਲੈਣਾ ਤਾਂ ਪਿੱਛੇ ਜੇ ਮਿਲਿਆ ਤਾਂ ਮੈਂ ਕਿਹਾ ਕਿੱਦਾਂ, ਕਹਿੰਦਾ ਕੁਛ ਨਹੀਂ ਯਾਰ ਕੋਈ ਬੰਦਾ ਹੀ ਨਹੀਂ ਲੱਭਦਾ, ਪੰਗਾ ਕਿਹਨਾਂ ਲਈਏ, ਕੋਈ ਕਰਦਾ ਹੀ ਨਹੀਂ, ਕਹਿੰਦਾ ਕੋਈ ਪੰਗਾ ਹੀ ਨਹੀਂ ਲੈਂਦਾ ਮੇਰੇ ਨਾਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਜੁੜ ਗਈਆਂ, ਖੈਰ ਕੋਈ ਐਸੀ ਗੱਲ ਨਹੀਂ। ਆਪਾਂ ਅੱਜ ਇੱਕ ਗੱਲ ਕਰਨੀ ਹੈ ਜਿਹੜੀ ਇੱਕ ਕਹਾਵਤ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ ਵੀ, ਅੱਜ ਕੱਲ੍ਹ ਵੀ ਚੱਲਦੀਆਂ ਕਹਾਵਤਾਂ, ਅੱਜ ਕੱਲ੍ਹ ਰਿਵਾਜ਼ ਥੋੜ੍ਹਾ ਬਦਲ ਗਿਆ, ਉਹ ਇਹ ਸੀ ਵੀ ਜਿਸ ਥਾਲੀ ਵਿੱਚ ਖਾਣਾ ਉਸੇ ਵਿੱਚ ਛੇਕ ਕਰਨਾ। ਮੈਂ ਬੜਾ ਸੋਚਣਾ ਵੀ ਜਿਸ ਥਾਲੀ 'ਚ ਖਾਣਾ ਉਸੇ ਛੇਕ ਬੰਦਾ ਕਿੱਦਾਂ ਕਰਦੂ, ਜਾਂ ਤਾਂ ਕੋਈ ਸੁੰਬਾ ਵਗੈਰਾ ਹੋਊਗਾ ਜਾਂ ਕੋਈ ਡਰਿੱਲ ਮਸ਼ੀਨ ਰੱਖੀ ਹੈ ਬਾਅਦ ਦੇ ਵਿੱਚ ਉਹਦੇ ਵਿੱਚ ਛੇਕ ਕਰ ਦਿੰਦਾ ਜਿਸ ਥਾਲੀ ਵਿੱਚ ਖਾਂਦਾ। ਚਲੋ ਜੇ ਛੇਕ ਕਰ ਵੀ ਦਿੱਤਾ ਥਾਲੀ 'ਚ ਕਿਹੜਾ ਆਪਾਂ ਦਾਲ ਭਾਤ ਖਾਣੀ ਹੁੰਦੀ ਹੈ ਵੀ, ਚਲੋ ਉੱਤੇ ਰੋਟੀਆਂ ਰੱਖਣੀਆਂ ਹੁੰਦੀਆਂ, ਦਾਲ ਤਾਂ ਕੌਲੀ 'ਚ ਪਾਈ ਹੁੰਦੀ ਹੈ। ਤਾਂ ਗੱਲ ਉਦੋਂ ਸਮਝ ਨਹੀਂ ਆਈ ਸੀ, ਬਹੁਤ ਸਾਰੀਆਂ ਗੱਲਾਂ ਸਮੇਂ ਦੇ ਨਾਲ ਸਮਝ ਆਉਂਦੀਆਂ, ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਜਿਹੜਾ ਛੇਕ ਹੁੰਦਾ ਥਾਲੀ ਦੇ ਵਿੱਚ, ਥਾਲੀ ਦੇ ਵਿੱਚ ਕੀ ਪੱਥਰਾਂ ਦੇ ਵਿੱਚ ਛੇਕ ਕਰ ਦਿੰਦੀ, ਪੱਥਰ ਪਾੜ ਦਿੰਦੀ ਹੈ, ਚੀਜ਼ ਘਰਾਂ ਦੇ ਘਰ ਉਜਾੜ ਦਿੰਦੀ ਹੈ ਇਹ ਚੀਜ਼। ਉਹ ਜਿਹੜਾ ਸੁੰਬਾ ਜਾਂ ਡਰਿੱਲ ਛੇਕ ਕਰਨ ਵਾਲਾ ਉਹ ਹੈਗੀ ਹੈ ਸਾਡੀ ਜ਼ੁਬਾਨ, ਜ਼ੁਬਾਨ ਜਿਸ ਥਾਲੀ 'ਚ ਖਾਣਾ ਉਸੇ ਛੇਕ ਕਰਨਾ ਕਹਾਵਤ ਦਾ ਚਲੋ ਮਤਲਬ ਤਾਂ ਇਹ ਹੈਗਾ ਵੀ ਜਿਹਨੇ ਤੁਹਾਡਾ ਇੰਨਾ ਕੀਤਾ ਆ, ਜਿਹਨੇ ਤੁਹਾਡੇ ਨਾਲ ਪਿਆਰ ਕੀਤਾ ਜਾਂ ਜੇ ਤੁਹਾਡੇ ਨਾਲ ਦੋਸਤੀ ਨਿਭਾਈ ਹੈ, ਤੁਸੀਂ ਉਹਦੇ ਨਾਲ ਹੀ ਧੋਖਾ ਕਰੋ, ਉਹਦੇ 'ਚ ਹੀ ਉਹਦਾ ਨੁਕਸਾਨ ਕਰੋ, ਜਿਹਨੇ ਤੁਹਾਨੂੰ ਪੈਰਾਂ ਸਰ ਕੀਤਾ ਹੈ ਉਸੇ ਦਾ ਹੀ ਤੁਸੀਂ ਨੁਕਸਾਨ ਕਰੋ, ਅਤੇ ਉਸੇ ਦਾ ਹੀ ਮੁੜ ਕੇ ਬਾਅਦ 'ਚ ਉਹਨੂੰ ਅੱਖਾਂ ਦਿਖਾਓ। ਇਹ ਗੱਲ ਵੈਸੇ ਇਕੱਲੇ ਇੱਕ ਬੰਦੇ 'ਤੇ ਨਹੀਂ ਢੁੱਕਦੀ, ਇਹ ਹਰ ਬੰਦੇ 'ਤੇ ਤਕਰੀਬਨ ਢੁੱਕ ਜਾਂਦੀ ਹੈ, ਜਾਂ ਲੀਡਰਾਂ ਦੀ ਗੱਲ ਕਰ ਲਈਏ, ਜਾਂ ਕਲਾਕਾਰਾਂ ਦੀ ਗੱਲ ਕਰੀਏ, ਸਿੰਗਰਾਂ ਦੀ ਗੱਲ ਲਈਏ, ਚਾਹੇ ਅਸੀਂ ਇੱਥੋਂ ਦੇ ਬਿਜ਼ਨਸਮੈਨ ਜਿਹੜੇ ਹੈਗੇ ਹਾਂ ਉਹਨਾਂ ਦੀ ਗੱਲ ਕਰ ਲਈਏ। ਤਾਂ ਕੋਈ ਬੰਦਾ ਗੈਸ ਸਟੇਸ਼ਨ 'ਤੇ ਤੇਲ ਪਾਉਂਦਾ, ਵਿਚਾਰਾ ਚੰਗਾ ਬੰਦਾ, ਉਹਨੇ ਸੋਚਿਆ ਵੀ ਯਾਰ ਬੰਦਾ ਚੰਗਾ ਲੱਗਦਾ, ਚੱਲ ਇਹ ਕੰਮ ਕੁੰਮ ਸਾਂਭੂਗਾ ਤਾਂ ਇਹਦਾ ਆਪਾਂ ਹਿੱਸਾ ਪਾ ਲੈਂਦੇ ਹਾਂ, ਅਤੇ ਬਾਅਦ ਦੇ ਵਿੱਚ ਉਹ ਪਤਾ ਲੱਗਦਾ ਵੀ ਇਹ ਤਾਂ ਉਹਨੇ ਤਾਂ ਆਪਦਾ ਬਰਾਬਰ ਖੋਲ੍ਹ ਲਿਆ ਗੈਸ ਸਟੇਸ਼ਨ ਨਾਲ ਦੀ ਨਾਲ ਲੈ ਕੇ, ਅਤੇ ਉਹਦਾ ਜਿਹੜਾ ਨੁਕਸਾਨ ਉਸੇ ਨੁਕਸਾਨ ਕਰ ਰਿਹਾ। ਇੱਥੇ ਬਿਜ਼ਨਸ ਦੀ ਗੱਲ ਕਰੀਏ, ਲੀਡਰਾਂ ਦੀ ਗੱਲ ਕਰੀਏ, ਅਤੇ ਸਿੱਧੂ ਸਾਹਿਬ ਦੀ ਉਦਾਹਰਨ ਬੜੀ ਵਧੀਆ ਸਾਹਮਣੇ ਹੈਗੀ ਆ
ਵੀ ਜਿਨ੍ਹਾਂ ਨੇ ਖੜਾ ਕੀਤਾ ਅਤੇ ਉਹਨਾਂ ਦੇ ਬਾਅਦ ਦੇ ਵਿੱਚ ਉਹ ਥਾਲੀ ਦੇ ਵਿੱਚ ਛੇਦ ਕਰ ਦਿੰਦਾ, ਥਾਲੀ ਛੇਦ ਕਰਦਾ, ਸਾਡੇ ਥੱਲਾ ਹੀ ਲਾ ਦਿੰਦਾ ਉਹ ਇਹੋ ਜਿਹਾ ਬੰਦਾ। ਅਸੀਂ ਗੱਲ ਕਰੀਏ ਸਾਡੀ ਆਪਣੀ ਕਲਾਕਾਰਾਂ ਦੀ ਗੱਲ ਕਰੀਏ, ਸਾਨੂੰ ਪੰਜਾਬੀ ਮਾਂ ਬੋਲੀ ਨੇ ਖੜਾ ਕੀਤਾ, ਪੰਜਾਬੀ ਮਾਂ ਬੋਲੀ ਦੀ ਸੇਵਾ ਅਸੀਂ ਨਹੀਂ ਕਰਦੇ, ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੇ, ਸਾਨੂੰ ਪੰਜਾਬੀ ਬੋਲਣ ਦੇ ਪੈਸੇ ਮਿਲਦੇ ਆ, ਅਤੇ ਇਹ ਪੰਜਾਬੀ ਬੋਲਣ ਦੇ ਜਿਹੜੇ ਪੈਸੇ ਮਿਲਦੇ ਆ ਅਸੀਂ ਮੁੜ ਕੇ ਉਸੇ ਪੰਜਾਬੀ ਬੋਲ ਨੂੰ ਕਹੀਏ। ਹਾਲਾਂਕਿ ਜਿਹੜੀ ਗੱਲ ਫਿਰ ਹੋਈ ਆ ਗਈ ਗੁਰਦਾਸ ਮਾਨ ਸਾਹਿਬ ਦੀ, ਮੈਂ ਤੁਹਾਨੂੰ ਦੱਸਿਆ ਵੀ ਅੱਜ ਕਈ ਵਾਰੀ ਗੱਲ ਫਿਰ ਆਊਗੀ। ਹਾਲਾਂਕਿ ਗੁਰਦਾਸ ਮਾਨ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ, ਉਹਨੇ ਗੁਰਦਾਸ ਮਾਨ ਨੇ ਵੀ, ਕਿ ਸੰਪਰਕ ਭਾਸ਼ਾ ਦੇ ਤੌਰ 'ਤੇ ਨੈਸ਼ਨਲ ਭਾਸ਼ਾ ਹੋਣੀ ਚਾਹੀਦੀ ਆ। ਸੰਪਰਕ ਉਹਨੇ ਬਾਅਦ 'ਚ ਸੰਪਰਕ ਜੋੜਿਆ ਵੈਸੇ ਪੱਲਿਓ ਉਹਦੇ 'ਚ ਇੰਟਰਵਿਊ ਤੋਂ ਬਾਅਦ 'ਚ ਪਹਿਲਾਂ ਸੀਗਾ, ਅਤੇ ਬਸ ਮੁੱਕਦੀ ਗੱਲ ਤਾਂ ਉਹ ਜਿਹੜੀ ਗੱਲ ਕਹਿ ਗਏ ਆ ਉਹ ਜ਼ਬਾਨ ਦੇ ਵਿੱਚੋਂ ਨਿਕਲ ਗਈ ਆ, ਉਹ ਨਹੀਂ ਮੁੜਦੀ। ਇਹ ਜ਼ਬਾਨ ਜਿਹੜੀ ਹੈ ਇਹ ਕਿੰਨੀ ਕੁ ਮਿਲਖ 2.5-3 ਇੰਚ ਦੀ ਹੋਣੀ ਸਾਰੀ, ਜਿਹੜੀ ਰੱਬ ਨੇ ਸਾਨੂੰ ਬਖਸ਼ੀ ਹੈ, ਅਤੇ ਜ਼ਬਾਨ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਅਤੇ ਮੈਂ ਤੈਨੂੰ ਪਿੰਡੋਂ ਕਢਵਾਉਣੀ। ਇਹ ਵੀ ਕਹਾਵਤ ਹੈ ਪੁਰਾਣੀ ਇੱਕ। ਔਰ ਇਹ ਵੀ ਕਿਹੜਾ VIP ਤੋਂ ਘੱਟ ਹੈ, ਜਿੱਦਾਂ VIP ਕੋਈ ਹੁੰਦਾ ਲੀਡਰ ਹੁੰਦਾ, ਇਹ ਵੀ ਲੀਡਰਾਂ ਤੋਂ ਘੱਟ ਥੋੜ੍ਹੀ ਹੈ ਜ਼ਬਾਨ ਜਿਹੜੀ ਸਾਡੀ, ਇਹ ਵੀ ਲੀਡਰਾਂ ਤੋਂ ਘੱਟ ਨਹੀਂ ਹੈ। ਲੀਡਰ ਜਿੱਥੇ ਰੱਖਦੇ ਨੇ 30-30, 40-40 ਗਨਮੈਨ ਰੱਖਦੇ ਨੇ, ਇਹਨੇ ਵੀ ਤਾਂ 32 ਦੰਦ ਜਿਹੜੇ ਸਿਕਿਉਰਿਟੀ 'ਤੇ ਰੱਖੇ ਹੋਏ ਆਪਦੇ ਗਾਰਡ 'ਤੇ, ਉਹ ਵੱਖਰੀ ਗੱਲ ਹੈ। ਜਿਹੜੇ ਇਹਦੇ ਸਿਕਿਉਰਿਟੀ ਗਾਰਡ ਨੇ ਇੱਥੇ ਹਮਲਾ ਕਰਦੇ ਕਿ ਦੰਦੀ ਵੱਢੀ ਜਾਂਦੀ ਹੈ ਜ਼ਬਾਨ 'ਤੇ, ਤਾਂ ਬੜਾ ਫਿਰ ਕੰਮ ਖਰਾਬ ਹੁੰਦਾ, ਬੜੀ ਔਖਾ ਲੱਗਦਾ ਉਦੋਂ। ਇਹ ਵੀ ਇੱਕ ਧਾਰਨਾ ਹੈਗੀ ਆ, ਲੋਕ ਵਿਸ਼ਵਾਸ ਹੈਗਾ ਵੀ ਜਦੋਂ ਜੀਭ ਦੇ ਉੱਪਰ ਦੰਦੀ ਵੱਢੀ ਜਾਂਦੀ ਤਾਂ ਮਤਲਬ ਕੋਈ ਗਾਲਾਂ ਕੱਢਦਾ, ਫਿਰ ਜਦੋਂ ਦੰਦੀ ਵੱਢੀ ਜਾਂਦੀ ਤਾਂ ਬੰਦਾ ਪਹਿਲਾਂ ਆਲੇ ਦੁਆਲੇ ਦੇਖਦਾ ਘਰਦਿਆਂ ਵੱਲ ਵੀ ਇਹਨਾਂ 'ਚੋਂ ਕਿਸੇ ਨੇ ਗਾਲ ਕੱਢੀ ਹੋਣੀ ਮੈਨੂੰ। ਚਲੋ ਖੈਰ ਉਹ ਗੱਲ ਨਹੀਂ ਕਰਦੇ, ਜ਼ੁਬਾਨ ਦਾ ਜਿਹੜਾ ਰਸ ਹੈ ਉਹ ਕਹਿੰਦੇ ਵੀ ਜ਼ੁਬਾਨ ਦਾ ਰਸ ਜ਼ੁਬਾਨ 'ਚ ਤਖਤਾਂ 'ਤੇ ਪਹੁੰਚਾ ਸਕਦੀ ਹੈ, ਅਰਸ਼ਾਂ 'ਤੇ ਪਹੁੰਚਾ ਸਕਦੀ ਹੈ, ਜ਼ੁਬਾਨ ਹੀ ਫਰਸ਼ਾਂ 'ਤੇ ਵੀ ਲਿਆ ਸਕਦੀ ਹੈ। ਇਸ ਦੀਆਂ ਇਹ ਬਹੁਤ ਮਾਮੂਲੀ ਉਦਾਹਰਨ ਹੈਗੀ ਆ, ਮਾਮੂਲੀ ਗੱਲ ਅਸੀਂ ਕਹਿ ਸਕਦੇ ਹਾਂ ਸਾਡੇ ਉਸ ਹਿਸਾਬ ਨਾਲ, ਬੜੀਆਂ ਵੱਡੀਆਂ ਵੱਡੀਆਂ ਉਦਾਹਰਨਾਂ ਇਸ ਤੋਂ ਪਹਿਲਾਂ ਪਈਆਂ ਨੇ ਕਿ ਜ਼ੁਬਾਨ ਦੀ ਜਿਹੜੀ ਗੱਲ ਹੈ ਉਹ ਤੁਹਾਡੇ ਕਹਿਣ ਦਾ ਤਰੀਕਾ, ਗੱਲ ਉਹੋ ਹੀ ਹੈ। ਸਾਡੀ ਪੰਜਾਬੀ ਬੋਲੀ ਦੀ ਗੱਲ ਕਰੀਏ, ਗੱਲ ਉਹੋ ਹੀ ਹੈ, ਅੱਖਰ ਉਹੋ ਹੀ ਨੇ, ਲੇਕਿਨ ਮਾੜਾ ਜਿਹਾ ਪੌਜ ਦੇ ਦਈਏ ਜਾਂ ਕੌਮਾ ਲਾ ਦਈਏ ਅਤੇ ਉਹਦੀ ਜਿਹੜੀ ਸੈਂਸ ਹੈ ਉਹ ਚੇਂਜ ਹੋ ਜਾਂਦੀ ਹੈ, ਟੋਟਲ ਮਤਲਬ ਗੱਲ ਦਾ ਚੇਂਜ ਮਤਲਬ ਬਦਲ ਜਾਂਦਾ। ਵੀ ਜਿਵੇਂ ਕਹਿੰਦੇ ਵੀ ਰੁਕੋ ਨਾ ਮਾਰੋ, 3 ਅੱਖਰ ਨੇ, ਮੈਨੂੰ 10ਵੀਂ ਸਾਨੂੰ ਆਉਂਦੇ ਹੁੰਦੇ ਸੀ, ਰੁਕੋ ਨਾ ਮਾਰੋ। ਜੇ ਰੁਕੋ ਤੋਂ ਅੱਗੇ ਕੌਮਾ ਲਾ ਦਈਏ ਤਾਂ ਉਹਦੀ ਮਤਲਬ ਹੋਰ ਹੈ, ਰੁਕੋ ਨਾ ਮਾਰੋ। ਜੇ ਨਾ ਤੋਂ ਅੱਗੇ ਕੌਮਾ ਲਾ ਦਈਏ ਤਾਂ ਉਹਦਾ ਮਤਲਬ ਹੋਰ ਬਣ ਜਾਂਦਾ, ਰੁਕੋ ਨਾ ਮਾਰੋ, ਠੁੱਕੋ, ਹੋਰ ਮਾਰੋ, ਹੋਰ ਮਾਰੋ, ਉਹਦਾ ਮਤਲਬ ਇਹ ਬਣ ਜਾਂਦਾ। ਜ਼ੁਬਾਨ ਦੇ ਰਸ ਦੀ ਸਾਰੀ ਗੱਲਬਾਤ ਹੈਗੀ ਆ। ਸੋ ਅਸੀਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਉਹ ਇਹ ਕਰਨੀ ਹੈ ਕਿ ਆ ਥਾਲੀ ਵਾਲੀ ਗੱਲ ਹੀ ਕਰਨੀ ਹੈ। ਥਾਲੀਆਂ ਅੱਜ ਕੱਲ੍ਹ ਵੈਸੇ ਤਾਂ ਗਾਇਬ ਵੀ ਹੋ ਗਈਆਂ, ਥਾਲੀਆਂ ਤਾਂ ਹੁਣ ਤਾਂ ਪਿੰਡਾਂ ਦੇ ਵਿੱਚੋਂ ਵੀ ਉਹਦੇ ਵਾਸਤੇ ਰੱਖੀਆਂ, ਸਿਰਫ ਦਿਖਾਵੇ ਵਾਸਤੇ ਜਾਂ ਇੱਥੇ ਵੀ ਵੱਡੀਆਂ ਵੱਡੀਆਂ ਥਾਲੀਆਂ। ਵੀ ਇੱਦਾਂ ਦਾ ਕੋਈ ਹਾਦਸਾ ਤੁਹਾਡੇ ਨਾਲ ਹੋਇਆ ਹੋਵੇ ਵੀ ਜਿਹਦੇ ਦਾ ਤੁਸੀਂ ਕੀਤਾ ਹੈਗਾ ਉਸੇ ਨੇ ਤੁਹਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਨਾ ਬੇਸ਼ੱਕ ਨਾ ਲਿਓ। ਫੇ ਬੰਦਾ ਕਹਿੰਦੇ, ਸਿਆਣੇ ਕਹਿੰਦੇ, ਮੇਰਾ ਤਾਇਆ ਕਹਿੰਦਾ ਹੁੰਦਾ ਸੀ, ਵੈਸੇ ਉਹ ਅੱਜ ਚੀਜ਼ ਨਹੀਂ ਟੁੱਕਦੀ, ਅੱਜ ਅਸੀਂ ਉਸ ਚੀਜ਼ ਨੂੰ ਅਣਖ ਦੇ ਨਾਲ ਜੋੜ ਲੈਂਦੇ, ਅਣਖ। ਉਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਕਿਸੇ ਦੇ ਵਿੱਚ ਇੰਨਾ ਜ਼ਿਆਦਾ ਨਾ ਵੜੋ, ਇੰਨਾ ਜ਼ਿਆਦਾ ਵਿੱਚ ਨਾ ਵੜੋ ਕਿ ਬਾਹਰ ਨਿਕਲਣਾ ਔਖਾ ਹੋ ਜਾਵੇ, ਇੰਨਾ ਜ਼ਿਆਦਾ ਦੂਰ ਨਾ ਜਾਓ ਕਿ ਮੁੜ ਕੇ ਉਹਨੂੰ ਮਿਲਣਾ ਔਖਾ ਹੋ ਜਾਵੇ। ਖੈਰ ਇਹ ਗੱਲਾਂ ਹੁਣ ਤਾਂ ਹੋ ਗਈਆਂ, ਹੁਣ ਤਾਂ ਕਹਿੰਦੇ ਦੇਖੀ ਜਾਓ ਤੂੰ ਆ ਸਹੀ ਹੁਣ, ਯਾਰ ਸਗਾ ਰਿਸ਼ਤਾ ਸਗਾ ਭਰਾ ਜਿਹੜਾ ਹੈਗਾ ਹੁਣ ਤਾਂ ਆ ਸੀ, ਆ ਕੇ ਦਿਖਾਏ ਤੈਨੂੰ ਫਿਰ ਦੇਖੂੰਗਾ। ਚਲੋ ਉਹ ਗੱਲਾਂ ਪੁਰਾਣੀਆਂ। ਜ਼ੁਬਾਨ ਦੇ ਰਸ ਦੀ ਗੱਲ ਚੱਲਦੀ ਸੀ, ਜ਼ੁਬਾਨ ਦਾ ਰਸ ਜਿਹੜਾ ਇੱਕ ਕਾਫੀ ਪੁਰਾਣੀ ਕਥਾ ਕਹਿ ਲਓ, ਗੱਲ ਕਹਿ ਲਓ, ਕਹਾਣੀ ਕਹਿ ਲਓ, ਜਿਹੜੀ ਸਾਨੂੰ ਸਿਖਾਉਂਦੀ ਹੈ। ਪਿੰਡਾਂ ਦੇ ਵਿੱਚ ਕੋਈ ਸੰਤ ਫਕੀਰ ਕੋਈ ਆ ਜਾਂਦਾ ਅਤੇ ਉਹਦਾ ਅਕਸਰ ਉਹਨੂੰ ਰੋਟੀ ਵਗੈਰਾ ਦੇ ਦਿੰਦੇ ਹਾਂ ਆਪਾਂ, ਸਾਰਾ ਕੁਛ ਕਰ ਦਿੰਦੇ ਹਾਂ। ਕਈ ਬਹੁਤ ਦਿਆਲੂ ਹੁੰਦੇ ਆ, ਉਹਨਾਂ ਨੂੰ ਅੰਦਰ ਬਿਠਾ ਕੇ, ਕਈ ਬਾਹਰੋਂ ਤੋਰ ਦਿੰਦੇ ਨੇ, ਕਈ ਅੰਦਰ ਬਿਠਾ ਕੇ ਮੰਜੇ 'ਤੇ ਬਕਾਇਦਾ ਉਹਨਾਂ ਨੂੰ ਫਿਰ ਖਾਣਾ ਖੁਣਾ ਖਵਾ ਕੇ ਤੋਰਦੇ ਨੇ, ਹੱਥ ਧੁਆ ਕੇ ਵੀ ਚਲੋ ਪਰਮਾਤਮਾ ਸੇਵਾ ਹੁੰਦੀ, ਇਹ ਵੀ ਕਹਿੰਦੇ ਜਿਹੜੀ ਸੇਵਾ ਕਰਨੀ ਹੁੰਦੀ ਹੈ। ਇੱਦਾਂ ਹੀ ਕੋਈ ਚਲਾਕ ਜਿਹੜੇ ਸੀਗੇ, ਚਲਾਕ ਬਾਬੇ, ਚਲਾਕ ਸੰਤ ਜਾਂ ਇੱਦਾਂ ਦੇ ਕੁਝ ਜਿਹੜੇ ਤੇਜ਼ ਦੇ, ਜਿਹੜੇ ਜ਼ੁਬਾਨ ਜਿਹੜੀ ਸੀਗੀ ਬਣ ਗਏ, ਤਾਂ ਪਰ ਜ਼ੁਬਾਨ ਜਿਹੜੀ ਆ ਉਹ ਵੱਸ ਵਿੱਚ ਨਹੀਂ ਰਹੀ। ਉਹ ਚਲ ਕੇ ਕਿਸੇ ਦੇ ਘਰ ਤਾਂ ਮਾਤਾ ਬੜੀ ਵਧੀਆ ਮਾਤਾ ਕਰਕੇ ਖੀਰ ਬਣਾਉਣੀ, ਤੁਹਾਡੇ ਵਾਸਤੇ ਤੁਸੀਂ ਬੈਠੋ ਖੀਰ ਬਣਾਈ, ਬੜੀ ਸੋਹਣੀ ਰੋਟੀ ਰੋਟੀਆਂ ਲਾ ਕੇ ਚੰਗੀਆਂ ਸੋਹਣੀਆਂ ਦੇਸੀ ਘਿਓ ਪਾ ਕੇ ਦਾਲ ਦੇ ਵਿੱਚ ਮੰਜੇ 'ਤੇ ਬਿਠਾ ਕੇ ਅਤੇ ਉਹਨਾਂ ਨੂੰ ਰੋਟੀ ਖਵਾ ਦਿੱਤੀ, ਪਾ ਕੇ ਦੇ ਦਿੱਤੀ, ਪਾਣੀ ਪੂਣੀ ਰੱਖਦਾ ਮੰਜੇ ਦੀ ਦੌਣ ਦੇ ਵਿੱਚ। ਚਲੋ ਹੁਣ ਇੱਕ ਉਹਨਾਂ ਦੇ ਵਿੱਚੋਂ ਇਹੋ ਜਿਹਾ ਸੀਗਾ ਅਤੇ ਉਹਨੂੰ ਅਕਲ ਨਹੀਂ ਸੀ ਬੋਲਣ ਦੀ, ਕਹਿ ਲਓ ਮੱਝ ਸੀ ਬੜੀ ਸੋਹਣੀ ਬੰਨ੍ਹੀ ਹੋਈ ਘਰ ਦੇ ਵਿੱਚ, ਉਸ ਮਾਤਾ ਨੇ ਮੱਝ ਬੜੀ ਵਧੀਆ ਪੱਠੇ ਖਾ ਰਹੀ ਸੀ, ਅਤੇ ਇੱਕ ਉਹਨਾਂ 'ਚੋਂ ਬੋਲਦਾ ਕਿ ਮਾਤਾ ਜੇ ਇਹ ਤੇਰੀ ਮੱਝ ਮਰ ਜੇ ਤਾਂ ਇਹਨੂੰ ਦਰਵਾਜ਼ੇ ਬਾਹਰ ਕਿਵੇਂ ਕੱਢੇਗੀ, ਤੁਹਾਡਾ ਦਰਵਾਜ਼ਾ ਛੋਟਾ।
ਲਓ ਜੀ ਮਾਤਾ ਨੇ ਚੱਕਿਆ ਥਣੇ ਕੜਛੀ ਜੋ ਹੱਥ 'ਚ ਆਇਆ ਭੂਕਣਾ ਛੋਟਾ ਜਿਹਾ ਮਾਰਨਾ ਸ਼ੁਰੂ ਕੀਤਾ ਅਤੇ ਉਹ ਭੱਜੇ ਜਦੋਂ ਖੜ੍ਹ ਜਾਓ ਤੁਹਾਨੂੰ ਮੈਂ ਦੱਸਦੀ ਤੁਹਾਨੂੰ ਮੈਂ ਖਵਾਉਣੀ ਰੋਟੀ ਜਦੋਂ ਬਾਹਰ ਨੂੰ ਭੱਜੇ ਜਾਂਦੇ ਸੀ ਤਾਂ ਮਾਤਾ ਨੇ ਫਿਰ ਖੀਰ ਵਾਲਾ ਪਤੀਲਾ ਵੀ ਚੱਕ ਕੇ ਪਿੱਛੋਂ ਵਗਾਵਾਂ ਮਾਰਿਆ ਉਹਨਾਂ ਦੇ ਅਤੇ ਖੀਰ ਕੱਪੜੇ ਡੁੱਲ ਗਈ ਅਤੇ ਤੁਰੇ ਜਾਣ ਨਾਲੇ ਗਰਮ ਖੀਰ 'ਚ ਤੁਰੇ ਜਾਣ ਤਾਂ ਕਿਸੇ ਨੇ ਪੁੱਛਿਆ ਵੀ ਆਹ ਬਾਬਾ ਜੀ ਕੀ ਹੋਇਆ ਕੀ ਚੋਰਿਆ ਤੁਹਾਡੇ ਆਹ ਕੱਪੜਿਆਂ 'ਚੋਂ ਉਹ ਕਹਿੰਦਾ ਜੀ ਇਹ ਸਾਡੀ ਜ਼ੁਬਾਨ ਦਾ ਰਸ ਚੋਰਿਆ ਸੋ ਜ਼ੁਬਾਨ ਦਾ ਰਸ ਕਿਤੇ ਵੀ ਚੋ ਸਕਦਾ ਪਰ ਅਸੀਂ ਜਿਹੜੀ ਗੱਲ ਕਰਨੀ ਉਹ ਇਹ ਕਰਨੀ ਹੈ ਕਿ ਜ਼ੁਬਾਨ ਦੇ ਰਸ ਤੋਂ ਇਲਾਵਾ ਅਕਸਰ ਇਹ ਦੇਖਿਆ ਗਿਆ ਅਕਸਰ ਨਹੀਂ ਖੈਰ ਅਸੀਂ ਹਰ ਗੱਲ ਨੂੰ 100% ਕਦੇ ਨਹੀਂ ਕਹਿੰਦੇ ਅਕਸਰ ਇਹ ਹੁੰਦਾ ਕਿ ਜਿਸ ਥਾਲੀ ਵਿੱਚ ਖਾਂਦੇ ਨੇ ਬਹੁਤ ਸਾਰੇ ਲੋਕ ਉਸ ਵਿੱਚ ਛੇਦ ਕਰਦੇ ਨੇ ਕਹਿਣ ਤੋਂ ਭਾਵ ਕਿ ਉਸੇ ਦਾ ਹੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕੀ ਨੇ ਇਹਦੇ ਬਾਰੇ ਤੁਹਾਡੇ ਵਿਚਾਰ ਬ੍ਰੇਕ ਤੋਂ ਬਾਅਦ ਕਰਾਂਗੇ ਗੱਲਾਂ ਬਾਤਾਂ ਫਿਲਹਾਲ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਸਵਾਗਤ ਜੀ ਪ੍ਰੋਗਰਾਮ ਜ਼ੈਨੂ ਜਲਵੇ ਜੱਗੀ ਦੇ ਗੱਲਬਾਤ ਕਰਦੇ ਹਾਂ ਇੱਕ ਵਿਸ਼ਾ ਮੈਂ ਵੈਸੇ ਰੱਖਿਆ ਜਿੱਦਾਂ ਵੀ ਸਾਰੇ ਇਹਦੇ 'ਚ ਆ ਗਏ ਲੀਡਰ ਵੀ ਆ ਗਏ ਕਲਾਕਾਰ ਵੀ ਆ ਗਏ ਆਮ ਅਸੀਂ ਜਿਹੜੇ ਬੰਦੇ ਲੋਕ ਹੈਗੇ ਉਹ ਵੀ ਸਾਰੇ ਆ ਗਏ ਆ ਇਸ ਵਿਸ਼ੇ ਦੇ ਵਿੱਚ ਸੋ ਤੁਹਾਡੇ ਵਿਚਾਰ ਜਿਹੜੇ ਆ ਤੁਸੀਂ ਦੱਸਣਾ ਇਹਦੇ 'ਚ ਇਹ ਨਹੀਂ ਕਿ ਅਸੀਂ ਕਿਸੇ ਦੀ ਬੇਇੱਜ਼ਤੀ ਕਰਨੀ ਹੈ ਜਾਂ ਕਿਸੇ ਨੂੰ ਜਾਣ ਬੁੱਝ ਕੇ ਥੱਲੇ ਦਿਖਾਉਣਾ ਇੱਕ ਸਿਰਫ ਤਜਰਬਾ ਸਾਂਝਾ ਕਰਨਾ ਹੁੰਦਾ ਔਰ ਇਹ ਗੱਲ ਪੱਕੀ ਹੈ ਕਿ ਜਿਹੜੇ ਇਹੋ ਜਿਹੇ ਥਾਲੀ 'ਚ ਛੇਦ ਕਰਦੇ ਨੇ ਉਹਨਾਂ ਕਰਕੇ ਬਹੁਤ ਸਾਰੇ ਜਿਹੜੇ ਚੰਗੇ ਬੰਦੇ ਹੁੰਦੇ ਆ ਉਹਨਾਂ ਦਾ ਵੀ ਅੱਗਾ ਮਾਰਿਆ ਜਾਂਦਾ ਹੈ ਉਹਨਾਂ ਦੀ ਫਿਰ ਕੋਈ ਹੈਲਪ ਨਹੀਂ ਕਰਦਾ ਉਹ ਦੇਖ ਕੇ ਉਹਨਾਂ ਨੂੰ ਐਂ ਲੱਗਦਾ ਵੀ ਸਾਰੇ ਇੱਕੋ ਜਿਹੇ ਹੀ ਹੁੰਦੇ ਆ ਉਹ ਰਿਸ਼ਤੇਦਾਰ ਵੀ ਐਂ ਕਰ ਜਾਂਦੇ ਆ ਦੋਸਤ ਮਿੱਤਰ ਵੀ ਕਰ ਜਾਂਦੇ ਆ ਗੱਲਾਂ ਬਹੁਤ ਨੇ ਪਰ ਫਿਲਹਾਲ ਦਵਿੰਦਰ ਹੋਠੀ ਸਾਹਿਬ ਪਹਿਲਾਂ ਫੋਨ 'ਤੇ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹੋਠੀ ਸਾਹਿਬ ਕਿੱਦਾਂ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਥੈਂਕ ਯੂ ਭਾਅ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਆ ਬਹੁਤ ਵਧੀਆ 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 ਬਸ ਚੱਲੀ ਜਾਂਦਾ ਲੱਗੇ ਹੋਏ ਆ ਦਿਹਾੜੀ ਲਾਉਣ ਅਤੇ ਕੱਲ੍ਹ ਤੁਹਾਡੇ ਏਰੀਏ 'ਚ ਆਇਆ ਸੀਗਾ ਅਤੇ ਕੱਲ੍ਹ ਦਾ ਪ੍ਰੋਗਰਾਮ ਫਿਰ ਰਾਤੀ ਟ੍ਰੈਫਿਕ 'ਚ ਫਸ ਗਿਆ ਲੇਟ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੁਮਾਇਸ਼ ਲੱਗੀ ਹੋਈ ਹੈ ਪ੍ਰਦਰਸ਼ਨੀ ਪੋਰਟਰੇਟਸ ਦੀ ਤਸਵੀਰਾਂ ਦੀ ਬਹੁਤ ਸੋਹਣੀ ਕਿਆ ਬਾਤ ਆ ਉਹ ਦੇਖਣ ਗਏ ਸੀ ਨਾਲੇ ਉਹਨੂੰ ਕਵਰ ਕਰਨਾ ਸੀ ਪਰ ਆਉਂਦੇ ਹੋਏ ਟ੍ਰੈਫਿਕ 'ਚ ਫਸ ਗਏ ਅਤੇ ਫਿਰ ਲੇਟ ਹੋ ਗਏ ਇਹ ਸਿੱਖ ਫਾਊਂਡੇਸ਼ਨ ਵੱਲੋਂ ਲੱਗੀ ਹੈ ਅਤੇ 3 ਨਵੰਬਰ ਤੱਕ ਉੱਥੇ ਰਹਿਣੀ ਹੈ ਤੁਹਾਡੇ ਟ੍ਰਿਟਨ ਆਰਟ ਆਫ ਮਿਊਜ਼ੀਅਮ ਜਿਹੜਾ ਹੈਗਾ ਠੀਕ ਹੈ ਮਿਊਜ਼ੀਅਮ ਆਫ ਆਰਟ ਹਾਂਜੀ ਡਾਊਨ ਟਾਊਨ ਫਿਲਹਾਲ ਹੋ ਗਿਆ ਅੱਛਾ ਸੈਂਟਾ ਕਲਾ ਠੀਕ ਹੈ ਹਾਂਜੀ ਤੇ ਇਹ ਆਪਣੇ ਥਾਲੀ ਵਾਲੇ ਥਾਲੀ 'ਚ ਛੇਕ ਵਾਲਾ ਕੰਮ ਇਹ ਵੈਸੇ ਵਿਸ਼ਾ ਕਦੀ ਲਿਆਂਦਾ ਨਹੀਂ ਇੱਦਾਂ ਦਾ ਤੇ ਪਰ ਅੱਜ ਕੱਲ੍ਹ ਇੱਦਾਂ ਦਾ ਹੋ ਬਹੁਤ ਕੁਛ ਰਿਹਾ ਆਲੇ ਦੁਆਲੇ ਆਪਣੇ ਜੋ ਦੇਖੀਏ ਨਾ ਵੈਸੇ ਘਰ ਦੀ ਕਹਾਣੀ ਵਿਸ਼ਾ ਦਵਿੰਦਰ ਜੀ ਇੱਦਾਂ ਹੈ ਕਿ ਇੱਦਾਂ ਦੇ ਨੇੜੇ ਤੇੜੇ ਵਿਸ਼ੇ ਤਕਰੀਬਨ ਉਹ ਹੀ ਨੇ 35 ਅੱਖਰਾਂ 'ਚ ਊੜੇ ਆੜੇ 'ਚ ਹੁੰਦੇ ਵਿਸ਼ੇ ਤਾਂ ਉਹ ਇੱਦਾਂ ਰਲਦੇ ਮਿਲਦੇ ਤਾਂ ਹੁੰਦੇ ਤਕਰੀਬਨ ਪਰ ਇਹ ਵੀ ਹੈਗਾ ਆਪਾਂ ਅਸੀਂ ਅੱਗੇ ਦੋਸਤ ਦੀ ਗੱਲ ਕਰੀਏ ਉਹਦੇ 'ਚ ਵੀ ਇਹ ਚੀਜ਼ ਢੁੱਕਦੀ ਹੈ ਹੁਣ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਜਿਹੜੀ ਪੰਜਾਬੀ ਮਾਂ ਬੋਲੀ ਸਾਨੂੰ ਇੰਨਾ ਰੁਤਬਾ ਬਖਸ਼ਿਆ ਪੰਜਾਬੀ ਮਾਂ ਬੋਲੀ ਨੇ ਸ਼ੋਹਰਤ ਬਖਸ਼ੀ ਹੈ ਪੰਜਾਬੀ ਮਾਂ ਬੋਲੀ ਨੇ ਸਾਨੂੰ ਪੈਸਾ ਬਖਸ਼ਿਆ ਪੈਸਾ ਵੀ ਨਾਲ ਬਹੁਤ ਅੰਨਾ ਅੰਨਾ ਪੈਸਾ ਜਿਹੜੇ ਸਾਰੇ ਬਹੁਤ ਸਾਰੇ ਕਲਾਕਾਰਾਂ ਨੂੰ ਇੱਕ ਦੀ ਮੈਂ ਗੱਲ ਨਹੀਂ ਕਰਦਾ ਕਿਸੇ ਦੀ ਉਹ ਫਿਰ ਅਸੀਂ ਇੱਦਾਂ ਕਹਿਣ ਲੱਗ ਜਾਈਏ ਵੀ ਨਹੀਂ ਸਾਨੂੰ ਤਾਂ ਇੱਦਾਂ ਤਾਂ ਉਹ ਗੱਲ ਤਾਂ ਲੱਗਦੀ ਔਖੀ ਚਲੋ ਕਈ ਬੰਦੇ ਨੇ ਕਿਹੜੇ ਢੰਗ ਦੇ ਨਾਲ ਇੰਟੈਂਸ਼ਨਲੀ ਨਹੀਂ ਕਹੀ ਜਾਂ ਵੈਸੇ ਕਹੀ ਉਹ ਅਲੱਗ ਗੱਲ ਆ ਇਹ ਚੀਜ਼ਾਂ ਇੱਥੇ ਦੇ ਬਿਜ਼ਨਸਮੈਨਾਂ ਦੀ ਗੱਲ ਕਰ ਲਈਏ ਬਹੁਤ ਸਾਰੇ ਇੱਥੋਂ ਦੇ ਕੇਸ ਆਪਾਂ ਨੂੰ ਮਿਲ ਜਾਣਗੇ ਵੀ ਜਿਨ੍ਹਾਂ ਨੇ ਬਹੁਤ ਕੀਤਾ ਕਿਸੇ ਬੰਦੇ ਦਾ ਤੇ ਬਾਅਦ ਦੇ ਵਿੱਚ ਉਹਨੇ ਉਸੇ ਥਾਲੀ ਉਹਦੀ ਚੱਕੇ ਲੈ ਗਏ ਛੇਦ ਕਰਨ ਦੀ ਗੱਲ ਜ਼ਰੂਰੀ ਗੱਲ ਹੈ ਥਾਲੀ ਚੱਕੇ ਥਾਲੀ ਉਹ ਚੱਕ ਥੱਲਾ ਹੀ ਖੋਲਤਾ ਥੱਲਾ ਹੀ ਖੋਲਤਾ ਹਾਂਜੀ ਕੀ ਕਹਿਣਾ ਚਾਹੁੰਦੇ ਬਾਕੀ ਜਿੱਦਾਂ ਤੁਸੀਂ ਕਰ ਰਹੇ ਹਾਂ ਵੀ ਅੱਜ ਕੱਲ੍ਹ ਜਿਹੜਾ ਜ਼ਿਆਦਾ ਵਾਲਾ ਕਲਾਕਾਰਾਂ ਦਾ ਹੈ ਤੇ ਤੁਸੀਂ ਜਦੋਂ ਦੱਸਦੇ ਵੀ ਦਿੱਤਾ ਬਹੁਤ ਖਾਧਾ ਪਰ ਮਸਲਾ ਇਹ ਬਣ ਜਾਂਦਾ ਵੀ ਜਦੋਂ ਅਫਾਰਾ ਪੈਣ ਲੱਗ ਪਿਆ ਫਿਰ ਹੋਰ ਚੱਬਣਾ ਬੰਦ ਕਰ ਦੇਣਾ ਚਾਹੀਦਾ ਬੰਦੇ ਨੂੰ ਨਾ ਵੀ ਇਸੇ ਚੀਜ਼ ਨਾਲ ਮੈਨੂੰ ਅਫਾਰਾ ਪੈ ਰਿਹਾ ਤੇ ਵੈਸੇ ਉਦਾਂ ਇੱਕ ਗੱਲ ਮੈਂ ਜੇ ਇਹਦੇ ਪੋਜੀਟਿਵ ਸਾਈਡ ਮੈਂ ਇੱਦਾਂ ਦੇਖੂੰਗਾ ਇਹਨੂੰ ਆਪਾਂ ਨੈਗੇਟਿਵ ਤਾਂ ਸਾਰੇ ਗੱਲ ਕਰਦੇ ਹਾਂ ਇਹਦਾ ਦੂਜਾ ਪਾਸਾ ਇਹਦਾ ਚੀਜ਼ ਦਾ ਇਹ ਹੈ ਜਿੰਨਾ ਹਲੂਣਾ ਇਸ ਗੱਲ ਤੋਂ ਬਾਅਦ ਵਿੱਚ ਆਇਆ ਹਿਲ ਜੁਲ ਵਧੀ ਹੈ ਥੋੜੇ ਕੁ ਦਿਨਾਂ ਦੇ ਵਿੱਚ ਇੱਕ ਤੇ ਪਹਿਲਾਂ ਸੀ ਉਹ ਕੀ ਇਹ ਕਿਹੜਾ ਕੋਈ ਹੁਕਮ ਚੰਦ ਕੋਈ ਸ਼ਾਇਰ ਕਹਿ ਗਿਆ ਆ ਗਿਆ ਹੈ ਨਾ ਖਰੇ ਉੱਥੇ ਹੁਕਮ ਚੰਦ ਸੀ ਅਮਿਤ ਸ਼ਾਹ ਸੀ ਇਹ ਮੈਂ ਕੀਤੀ ਸੀ ਗੱਲ ਮੈਂ ਵਿਸ਼ਾ ਵੀ ਇੱਕ ਦਿਨ ਕੀਤਾ ਸੀਗਾ ਕਿ ਇਹ ਮੇਰੇ ਹਿਸਾਬ ਦੇ ਨਾਲ ਇਹੋ ਜਿਹੀ ਗੱਲ ਹੋਣ ਦੇ ਨਾਲ ਘੱਟੋ ਘੱਟ ਪੰਜਾਬੀ ਕਾਫੀ ਹੱਦ ਤੱਕ ਤਾਂ ਇਕੱਠੇ ਹੋ ਗਏ ਨਾ ਬਾਹਲੇ ਨਹੀਂ ਤਾਂ ਇਕੱਠੇ ਹੋ ਗਏ ਹਾਂਜੀ ਜਾ ਤੇ ਹੁਣ ਵੀ ਜਿਹੜਾ ਆਪਣੇ ਗੁਰਦਾਸ ਮਾਨ ਸਾਹਿਬ ਦਾ ਕੰਮ ਆ ਇਹਦੇ ਤੋਂ ਬਾਅਦ ਜਿਹੜਾ ਆ ਉਹ ਫੇਰ ਦੁਬਾਰਾ ਪਰ ਜਿਹੜਾ 32 ਵਾਲਾ ਮੋੜ ਦਿੱਤਾ ਉਹਨੇ 32 ਵਾਲੀ ਕਲਾਕਾਰ ਘੱਟੋ ਘੱਟ ਅਵੇਅਰ ਹੋ ਗਏ ਹੁਣ ਕਲਾਕਾਰ ਬਾਕੀ ਕਲਾਕਾਰ ਅਵੇਅਰ ਹੋ ਗਏ ਵੀ ਸਟੇਜ 'ਤੇ ਅਸੀਂ ਬੋਲਣਾ ਤਾਂ ਕਿਵੇਂ ਬੋਲਣਾ ਜੇ ਐਡਾ ਵੱਡਾ ਕਲਾਕਾਰ ਹੈਗਾ ਜਿਹਨੂੰ ਬਾਬਾ ਬੋੜ ਕਹਿੰਦੇ ਸੀ
ਉਹਦੇ ਮੂੰਹ ਚੋਂ ਇਹ ਗੱਲ ਨਿਕਲ ਸਕਦੀ ਤੇ ਬਾਕੀ ਤੇ ਚਲੋ ਉਹ ਬੜਾ ਹੰਢਿਆ ਵਰਤਿਆ ਕਲਾਕਾਰ ਆ ਬਹੁਤ ਲਗਭਗ ਮੈਂ ਕਹਿੰਦਾ 82 ਤੋਂ ਲੈ ਕੇ ਜੇ ਹੁਣ ਦੀ ਗੱਲ ਕਰੀਏ 80 ਤੋਂ 20 ਲਗਭਗ 40 ਸਾਲਾਂ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਸਟੇਜਾਂ ਦਾ ਔਰ ਕਦੇ ਇਹੋ ਜਿਹੀ ਗੱਲ ਨਹੀਂ। ਚਲੋ ਆਪਾਂ ਉੱਧਰ ਨਜ਼ਰੀਏ, ਆਪਾਂ ਥਾਲੀ 'ਚ ਕਰੀਏ ਆਪਾਂ ਥਾਲੀ 'ਚ ਕਰਦੇ। ਵੈਸੇ ਇਹ ਮੈਂ ਨਾਲ ਦੀ ਗੱਲ ਦੱਸਦਾ ਵੀ ਫੁੱਤਿਆਂ ਨੂੰ ਜਗਾਉਣ ਦੇ ਨਾ ਕਈ ਤਰੀਕੇ ਹੁੰਦੇ ਆ। ਜਿੱਦਾਂ ਇੱਕ ਬੰਦਾ ਕਹਿੰਦਾ ਵੀ ਕਹਿੰਦਾ ਸਿਖਰ ਦੁਪਹਿਰਾ ਮੈਂ ਕਹਿੰਦਾ ਗਲੀ ਚੋਂ ਲੰਘ ਰਿਹਾ, ਕਹਿੰਦਾ ਵੀ ਮੈਨੂੰ ਪਾਣੀ ਚਾਹੀਦਾ, ਕਹਿੰਦਾ ਸਾਰੇ ਪਿੰਡ ਸੁੱਤਾ ਪਿਆ ਪੱਖੇ ਲਾ ਕੇ, ਗਲੀ ਪੂਰੀ ਗਲੀ ਸੁੱਤੀ ਪਈ ਨੇ, ਚਿੜੀ ਨਾ ਪਰੰਦਾ, ਕਹਿੰਦਾ ਗਰਮੀ ਬੜੀ, ਸਾਰੇ ਸੁੱਤੇ ਤੇ ਕਹਿੰਦਾ ਮੈਂ ਪਾਣੀ ਕਿੱਥੋਂ ਪੀਵਾਂ ਹਨਾ। ਕਹਿੰਦਾ ਮੈਨੂੰ ਤਰੀਕਾ ਆਇਆ ਫੁੱਤਿਆਂ ਨੂੰ ਜਗਾਉਣ ਦਾ। ਹੁਣ ਗੰਢੇ ਉੱਥੇ 50-60 ਰੁਪਈਏ ਕਿੰਨੇ ਚ, 70 ਰੁਪਈਏ ਕਿਲੋ ਹੋਏ ਫਿਰਦੇ ਆ। ਉਹ ਕਹਿੰਦਾ ਮੈਂ ਹੋਕਾ ਦੇ ਤਾ ਗੰਢੇ ਫੁੱਕੇ ਗੰਢੇ 2 ਰੁਪਈਏ ਕਿਲੋ ਫੁੱਕੇ ਗੰਢੇ, ਕਹਿੰਦਾ ਕਹਿੰਦਾ ਗਲੀ ਚ ਹਾਲੇ ਤੱਕ ਜਾਮ ਲਗਾਇਆ, ਲੱਭੀ ਜਾਂਦੇ ਆ ਕਹਿੰਦੇ ਗੰਢੇ ਆ ਕਿੱਥੇ ਆ, ਪਾਣੀ ਫਿਰ ਕਿਤੋਂ ਵੀ ਪੀ ਲੈ ਤੇ ਫਰੀ ਗਲੀ ਉੱਠ ਪਈ ਵਿੱਚ ਰਹਿ ਗਿਆ, ਫਿਰ ਕਿਸੇ ਨੂੰ ਕੀ ਪਤਾ ਸੀ। ਸੋ ਇਹ ਹੁੰਦਾ ਵੀ ਗੰਢੇ ਹਾਂਜੀ ਤੇ ਕਹਿ ਰਿਹਾ ਮਾੜਾ ਜਿਹਾ ਹੋਰ ਕਵਿਤਾ ਤੋਂ ਪਹਿਲਾਂ ਮਾੜਾ ਜਿਹਾ ਹੋਲਡ ਰੱਖਿਓ। ਕਾਲਾਂ ਬਹੁਤ ਸਾਰੀਆਂ ਆਈਆਂ ਸੀਗੀਆਂ ਲੇਕਿਨ ਕਾਲਾਂ ਫਿਰ ਡ੍ਰੌਪ ਹੋ ਗਈਆਂ, ਹਜੇ ਕਾਲਾਂ ਨਾ ਹੀ ਕਰੋ ਇਸ ਬ੍ਰੇਕ ਤੋਂ, ਬ੍ਰੇਕ ਦੇ ਵਿੱਚ ਕਾਲਾਂ ਕਰ ਲਓ, ਮੈਂ ਬੇਨਤੀ ਕਰਦਾ ਸਾਡੇ ਸਾਰੇ ਦਰਸ਼ਕਾਂ ਨੂੰ, ਐਵੇਂ ਹੋਲਡ ਰੱਖ ਕੇ ਰੱਖਣ ਦਾ ਕੀ ਫਾਇਦਾ, ਪਹਿਲਾਂ ਪ੍ਰੋਗਰਾਮ ਦਾ ਆਨੰਦ ਮਾਣੋ ਫਿਰ ਆਪਾਂ ਕਾਲਾਂ ਬ੍ਰੇਕ 'ਤੇ ਲੈਂਦੇ ਹਾਂ। ਹਾਂਜੀ ਦਵਿੰਦਰ ਜੀ ਪੁੱਛਦੇ ਕਵਿਤਾ ਚਾਹਦੇ, ਕਹਿੰਦੇ ਵੀ ਜੇ ਫਲਦਾਰ ਹੋਏ ਬੂਟਾ ਵਿਹੜੇ, ਜਿਹਨੂੰ ਫਲ ਲੱਗੇ ਹੁਣ ਬੇਰੀ ਜਾਂ ਕੋਈ ਵੀ, ਜੇ ਫਲਦਾਰ ਹੋਏ ਬੂਟਾ ਵਿਹੜੇ ਤੇ ਕਦੇ ਨੀ ਵੱਢੀਦਾ, ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਛੇਕ ਨੀ ਕੱਢੀਦਾ, ਜਿਹਨੂੰ ਤਰਜ ਦੇਣੀ ਹੋਵੇ ਤੇ ਜਿਸ ਥਾਲੀ ਵਿੱਚ ਖਾਈਏ ਤੁਹਾਨੂੰ ਪਤਾ ਹੀ ਹੈ ਉਸ ਵਿੱਚ ਛੇਕ ਨੀ ਕੱਢੀਦਾ। ਕਹਿੰਦਾ ਉਹ ਤਾਂ ਚਲੋ ਕਹਿੰਦਾ ਵੀ ਹਾਂ ਉਹਦਾ ਬੁਰਾ ਨੀ ਮੰਗੀਦਾ, ਕਹਿੰਦਾ ਕਹਿੰਦਾ ਜੇ ਫਲਦਾਰ ਹੋਏ ਬੂਟਾ ਵਿਹੜੇ ਤੇ ਕਦੇ ਨੀ ਵੱਢੀਦਾ, ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਛੇਕ ਨੀ ਕੱਢੀਦਾ। ਅੱਜ ਝਾਕਣ ਕੌੜਾ ਕੌੜਾ ਕਈ ਬੋਲੀ ਪੰਜਾਬੀ ਨੂੰ, ਤੇ ਕਹਿਣ ਵਸਾਲੋਂ ਲਿਆ ਕੇ ਘਰ ਵਿੱਚ ਹਿੰਦੀ ਭਾਬੀ ਨੂੰ, ਅੱਜ ਝਾਕਣ ਕੌੜਾ ਕੌੜਾ ਕਈ ਬੋਲੀ ਪੰਜਾਬੀ ਨੂੰ, ਕਹਿਣ ਵਸਾਲੋਂ ਲਿਆ ਕੇ ਘਰ ਵਿੱਚ ਹਿੰਦੀ ਭਾਬੀ ਨੂੰ, ਅਖੇ ਲੈਣ ਦੇਣ ਫਿਰ ਸੌਖਾ ਹੋਜੂ, ਬੋਲ ਰੁਪਈਆਂ ਨਾਲੇ ਗੱਲ ਕਰਨੀ ਸੌਖੀ ਹੋਜੂ ਬਈਆਂ ਨਾ। ਕਹਿੰਦੇ ਵੱਡਾ ਫਰਾ ਟੋਆ ਨਾ ਲਾਂਘਾ ਜਾਊਗਾ ਨਾ ਟਾਪਾ ਜਾਊਗਾ, ਜਬ ਚਾਹ ਕਾ ਡੋਲੂ ਲੈ ਕੇ ਛੋਰੇ ਕਾ ਭਾਪਾ ਜਾਊਗਾ, ਗਾ ਪੰਜਾਬੀ ਗਾਣੇ ਜਿਹਨੇ ਆਪਣੀ ਲਾਈਫ ਬਣਾ ਲਈ, ਤੇ ਬੁੱਢੇ ਵਾਰੇ ਬੱਤੀ ਵਾਲੇ ਨੇ ਸਿਰ ਵਿੱਚ ਖੇਹ ਪਵਾ ਲਈ, ਜੇ ਲੱਗ ਜਾ ਪੈਣ ਅਫਾਰਾ ਤੇ ਲੋੜੋਂ ਵੱਧ ਨੀ ਚੱਬੀ ਦਾ, ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਛੇਕ ਨੀ ਕੱਢੀ ਦਾ। ਯਾਰ ਦੂਜੇ ਨੰਬਰ ਤੇ ਕੁਝ ਵੀ ਚੱਲੂ ਪਰ ਪਹਿਲੇ ਤੇ ਪੰਜਾਬੀ, ਦੂਜੇ ਨੰਬਰ ਤੇ ਕੁਝ ਵੀ ਚੱਲੂ ਪਹਿਲੇ ਤੇ ਪੰਜਾਬੀ, ਉਹਨੂੰ ਏਦਾਂ ਹੀ ਠੋਕ ਕੇ ਰੱਖੋ ਜੇ ਕੋਈ ਕਰੇ ਖਰਾਬੀ, ਭਾਵੇਂ ਕੋਈ ਵੀ ਹੋਵੇ, ਭਾਵੇਂ ਹੋਵੇ ਕੋਈ ਫਿਲਮੀ ਐਕਟਰ ਭਾਵੇਂ ਗਾਉਣ ਵਾਲਾ, ਜਦੋਂ ਕੋਈ ਵੀ ਬੋ ਮਾਰਦਾ ਲਾਹ ਦਿਓ ਉਹਦਾ ਪਾਲਾ, ਕਿਸੇ ਨੂੰ ਐਵੇਂ ਸਿਰ ਨਾ ਚੜੋ, ਤੁਸੀਂ ਥੋੜਾ ਜਿਹਾ ਤਾਂ ਸੋਚੋ ਆਪ, ਮਾਂ ਬੋਲੀ ਦੀ ਸੇਵਾ ਕਹਿ ਕੇ ਬਣ ਕੇ ਬਹਿ ਗਏ ਬਾਪ, ਮਰਜ਼ੀ ਨਾ ਜੋ ਮਰਜ਼ੀ ਸਿੱਖੋ ਜੋ ਵੀ ਮਰਜ਼ੀ ਬੋਲੋ, ਜਿਹੜੀ ਮਰਜ਼ੀ ਬੋਲੀ ਮਰਜ਼ੀ ਨਾ ਜੋ ਮਰਜ਼ੀ ਸਿੱਖੋ ਜੋ ਵੀ ਮਰਜ਼ੀ ਬੋਲੋ, ਪਰ ਜੇ ਕੋਈ ਥੋਪੇ ਧੱਕੇ ਨਾ ਥੋੜੇ ਤੇ ਉਹਦੇ ਨਾਲ ਸਿੱਧੇ ਹੋ ਲੋ, ਜੇ ਕੋਈ ਆਵੇ ਚੜ ਕੇ ਕਦੇ ਨੀ ਫੁੱਕਾ ਛੱਡੀਦਾ, ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਛੇਕ ਨੀ ਕੱਢੀਦਾ। ਤੇ ਆਖਰੀ ਸ਼ੇਰ ਹੈ, ਕਹਿੰਦਾ ਇਹ ਬੋਲੀ ਬੋਲੇ ਵਾਰਸ ਦੀ, ਇਹ ਬੋਲੀ ਸ਼ਿਵ ਕੁਮਾਰ ਦੀ, ਸ਼ਿਵ ਕੁਮਾਰ ਬਟਾਲਵੀ ਸਾਹਿਬ ਬੜੀ ਦੇਣ ਹੈ, ਕਹਿੰਦਾ ਬੋਲੀ ਬੋਲੇ ਵਾਰਸ ਦੀ, ਇਹ ਬੋਲੀ ਸ਼ਿਵ ਕੁਮਾਰ ਦੀ, ਇਹਦੇ ਅੱਜ ਵੀ ਵਾਰਸ ਜਿਉਂਦੇ ਨੇ, ਇਹ ਰਣਜੀਤ ਸਿੰਘ ਸਰਦਾਰ ਦੀ, ਅੱਜ ਦੁਨੀਆਂ ਦੇ ਵਿੱਚ ਫੈਲ ਗਈ ਕਈ ਦੇਸ਼ਾਂ ਦੀ ਦੂਜੀ ਬੋਲੀ ਏ, ਕਿਤੇ ਤੀਜੀ ਏ ਕਿਤੇ ਚੌਥੀ ਏ, ਗੱਲ ਹੋਠੀ ਨੇ ਖੋਲੀ ਏ, ਕਹਿੰਦਾ ਸਾਰਾਗੜੀ ਦੇ 21 ਪੰਜਾਬੀ, ਪੰਜਾਬੀ ਸਾਰਾਗੜੀ ਦੇ 21 ਪੰਜਾਬੀ, ਅੱਜ ਦੁਨੀਆਂ ਕਰੇ ਸਲਾਮਾਂ ਹੋਏ, ਤੂੰ ਕਹਿੰਦਾ ਲੈ ਉਹ ਮਾਸੀ ਨੂੰ ਸਦਕੇ ਤੇਰੇ ਮਾਨਾ ਹੋਏ, ਜੜ ਨਾਲ ਜੁੜ ਕੇ ਰਹੀਏ, ਜੜ ਨਾਲ ਜੁੜ ਕੇ ਰਹੀਏ, ਕਦੇ ਵੀ ਪੈਰ ਨੀ ਛੱਡੀਦਾ, ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਛੇਕ ਨੀ ਕੱਢੀਦਾ। ਅੱਛਾ ਨਹੀਂ ਥਾਲੀ 'ਚ ਛੇਕ, ਵੈਸੇ ਤੁਸੀਂ ਸਿਰਫ ਕਲਾਕਾਰਾਂ ਤੇ ਰੱਖੀ ਗੱਲ, ਚਲੋ ਖਾਸ ਤੌਰ ਤੇ ਗੁਰਦਾਸ ਮਾਨ ਤੇ ਰੱਖੀ ਗੱਲ, ਪਰ ਇਹ ਥਾਲੀ 'ਚ ਛੇਕ ਤਾਂ ਹਰ ਫੀਲਡ ਦੇ ਵਿੱਚ ਹੈਗੇ ਨੇ, ਲੀਡਰਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਥਾਲੀ ਦੇ ਵਿੱਚ ਛੇਕ, ਐਡੇ ਐਡੇ ਕਰਨ ਦੇ ਮੋਰੇ ਕਰਨ ਦੇ ਥਾਲੀਆਂ 'ਚ, ਬਿਲਕੁਲ ਜਿੱਦਾਂ ਤੁਸੀਂ ਸਿੱਧੂ ਸਾਹਿਬ ਦੀ ਗੱਲ ਕਰਦੇ ਰਹੇ, ਮਤਲਬ ਖੈਰ ਪੋਲੀਟੀਕਲ ਤਾਂ ਸਾਰਿਆਂ ਦਾ ਹੀ ਇਹ ਆ, ਜਦੋਂ ਜਿੰਨੇ ਅਕਾਲੀਆਂ ਦੇ ਲੈ ਲਓ ਭਰੇ ਭਰੀ ਲਿਫਟ ਮਿਲ ਜੂਗੀ, ਜਿੱਧਰੋਂ ਮਰਜ਼ੀ ਸ਼ੁਰੂ ਹੋ ਜਾਓ ਹਨਾ, ਜਿੱਦਾਂ ਮਰਜ਼ੀ ਨਾਲ ਲੈ ਲਓ, ਜਿੰਨਾ ਚਿਰ ਹਾਂ ਫਰਾਜ ਹਾਂਫੀ ਲੈ ਲਓ ਤੇ ਦਰਵੇਸ਼ ਗਾਏ, ਉਹੀ ਤੇ ਜੇ ਵਿੱਚੇ ਗਾਉਣ ਲੱਗ ਪੈਂਦਾ, ਜਦੋਂ ਉਦੋਂ ਨਿਕਲ ਗਿਆ ਤੇ ਗਾਉਣ ਲੱਗ ਪਿਆ, ਕਹਿੰਦਾ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ ਬਾਦਲਾਂ ਨੇ ਗੱਲ ਨਾ ਸੁਣੀ, ਉਹ ਇਹ ਆ ਵੀ ਜਦੋਂ
ਨਹੀਂ ਉਹਨਾਂ ਨੇ ਜਦੋਂ ਲੈ ਸਿੱਧੂ ਹਾਂਜੀ ਹਾਂਜੀ ਬੀਜੇਪੀ ਸੀ ਉਦੋਂ ਕਾਂਗਰਸ ਬਾਰੇ ਮੁੰਨੀ ਬਾਈ ਕੀ ਕਹਿੰਦਾ ਸੀ, ਮੈਨੂੰ ਸ਼ੀਲਾ ਕੀ ਜਵਾਨੀ ਕੁਛ ਕੋਈ ਇਹੋ ਜਿਹਾ ਕਮੈਂਟ ਕਰਦਾ ਸੀ ਉਦੋਂ ਕਹਿੰਦਾ ਕਾਂਗਰਸ ਤੇ ਮੁੰਨੀ ਤੋਂ ਵੀ ਜ਼ਿਆਦਾ ਬਦਨਾਮ ਹੋ ਗਈ। ਫਿਰ ਬੀਜੇਪੀ ਬਦਨਾਮ ਹੋ ਗਈ ਤਾਂ ਹੁਣ ਪਤਾ ਨਹੀਂ ਅੱਗੇ ਕੀ ਨਹੀਂ ਹੋਣਾ। ਚਲੋ ਖੈਰ ਇਹ ਪ੍ਰੈਕਟੀਕਲ ਨਹੀਂ ਗੱਲਾਂ, ਪਰ ਅਸੀਂ ਜਿਹੜੀ ਮੁੱਖ ਦੀ ਗੱਲ ਇਹ ਦਵਿੰਦਰ ਜੀ ਇਹ ਕਰਦੇ ਹਾਂ, ਇਹਦੇ 'ਚ ਜ਼ਿਆਦਾ ਹਰ ਹਰ ਫੀਲਡ ਦੇ ਲੋਕ ਹਰ ਹਰ ਚੀਜ਼ 'ਚ ਹੁੰਦੇ ਨੇ, ਇਹ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਹਰ ਤਰ੍ਹਾਂ ਦੇ ਪੰਜਾਬੀ ਤੁਹਾਨੂੰ ਮਿਲ ਜਾਣਗੇ, ਪਰ ਜੀ ਕੁਝ ਜੀ ਇੱਕ ਪੰਜਾਬੀਆਂ ਦੀ ਫਿਤਰਤ ਇਹ ਬਣ ਗਈ ਆ ਵੀ ਆਪਣੇ ਫਾਇਦੇ ਵਾਸਤੇ ਥਾਲੀ ਦੇ ਵਿੱਚ ਛੇਕ ਤਾਂ ਛੱਡੋ, ਥਾਲੀ ਕਿਤੇ ਲੁਕਾਉਣੀ ਪੈਂਦੀ ਲੁਕੋ ਦਿਓ, ਸਿੱਟਣੀ ਪੈਂਦੀ ਸਿੱਟ ਦਿਓ, ਗਾਰਬੇਜ ਕਰਨੀ ਪੈਂਦੀ ਗਾਰਬੇਜ ਕਰ ਦਿਓ, ਲੇਕਿਨ ਉਹਦੇ 'ਚ ਆਪਣਾ ਫਾਇਦਾ, ਇਹ ਸਭ ਤੋਂ ਵੱਡਾ ਇਹ ਲੀਡਰਾਂ ਦੇ ਵਿੱਚ ਸੀਗਾ ਅਤੇ ਹੁਣ ਆਮ ਲੋਕਾਂ ਦੇ ਵਿੱਚ ਵੀ ਇਹ ਚੀਜ਼ ਆ ਗਈ। ਆਮ ਬਜ਼ੁਰਗਾਂ ਦੀ ਬੋਲੀ ਦੇ ਵਿੱਚ ਇਹਨੂੰ ਆਪਾਂ ਕਿਰਤਘਣ ਵੀ ਕਹਿ ਸਕਦੇ ਹਾਂ ਨਾ, ਮੇਰਾ ਖਿਆਲ ਜਿਹੜਾ ਕਰਕੇ ਤੁਸੀਂ ਕਰ। ਹਾਂਜੀ, ਤੇ ਖੈਰ ਇਹ ਤੇ ਬੰਦੇ ਗੁਰਬਾਣੀ ਇਹ ਤੇ ਬੰਦੇ ਹਾਂਜੀ ਇਹ ਤੋਂ ਸਿੱਖਣ ਵਾਲੀ ਚੀਜ਼ ਤੇ ਇਹ ਨਿਕਲਦੀ ਜਾਵੇ ਭਾਈ, ਆਪਣੀ ਥਾਲੀ ਬਚਾ ਕੇ ਰੱਖੋ, ਹੱਥੀ ਬੁਰਚੀਆਂ ਤੋੜ ਕੇ ਫੜਾ ਦਿਓ ਪਰ ਥਾਲੀ ਬਚਾ ਕੇ ਰੱਖੋ। ਚਲੋ ਖੈਰ, ਚਲੋ ਕਵਿਤਾ ਤੁਹਾਡੀ ਵਧੀਆ ਠੀਕ ਹੈ, ਤੇ ਬਾਕੀ ਮਿਲਦੇ ਹਾਂ ਕੱਲ ਫਿਰ ਦੁਬਾਰਾ, ਕੱਲ ਨੂੰ ਤਾਂ ਕੱਲ ਨੂੰ ਵੀ ਕਰਨਾ ਪ੍ਰੋਗਰਾਮ ਦਾ, ਕੱਲ ਨੂੰ ਤੁਸੀਂ ਨਹੀਂ ਹੋਣਾ, ਮਿਹਰਬਾਨੀ। ਹਾਂਜੀ ਠੀਕ ਹੈ, ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਲਓ ਜੀ ਹੁਣ ਇਸ ਤੋਂ ਬਾਅਦ ਤੁਸੀਂ ਕਾਲ ਜਿਹੜੀ ਉਹ ਕਰ ਲਓ, ਕਾਲ ਮੈਂ ਹੋਲਡ ਕਰ ਲੂੰਗਾ ਬ੍ਰੇਕ ਦੇ ਵਿੱਚ, ਫਿਰ ਇਹੋ ਜਿਹੀਆਂ ਕੋਈ ਗੱਲਾਂ ਬਾਤਾਂ, ਇਹ ਗੱਲਾਂ ਜਿਹੜੀਆਂ ਬਣੀਆਂ ਨੇ, ਕਹਾਵਤਾਂ ਬਣੀਆਂ ਨੇ, ਸਾਨੂੰ ਪਹਿਲਾਂ ਨਹੀਂ ਸਮਝ ਆਉਂਦੀਆਂ ਸੀ, ਸਮਾਂ ਸਮਾਂ ਇਹ ਚੀਜ਼ਾਂ ਸਮਝਾਉਂਦਾ, ਸਾਨੂੰ ਰਿਸ਼ਤੇਦਾਰ ਦੋਸਤ ਮਿੱਤਰ ਇਹ ਚੀਜ਼ਾਂ ਸਮਝਾਉਂਦੇ ਨੇ, ਵਾਕਈ ਜੇ ਗੱਲ ਪਹਿਲਾਂ ਸਿਆਣੇ ਨੇ ਆਹ ਕਹੀ ਸੀ ਤਾਂ ਇਹ ਸੱਚੀ ਹੈ, ਇਹਦਾ ਕੋਈ ਮਕਸਦ ਹੈ, ਇਹਦਾ ਕੋਈ ਮਤਲਬ ਹੈ। ਸੋ ਇਹ ਮੁਹਾਵਰੇ ਕਹਾਵਤਾਂ ਦੀ ਆਪਾਂ ਕਈ ਵਾਰੀ ਗੱਲ ਕਰੀ ਦੀ ਹੈ, ਤਾਂ ਕਈ ਵਿੱਚ ਇੱਕਾ ਦੋਕਾ ਦਰਸ਼ਕ ਇਹ ਵੀ ਕਹਿੰਦੇ ਜਿਹਨਾਂ ਚੀਜ਼ਾਂ ਦਾ ਕੀ ਫਾਇਦਾ, ਤਾਂ ਪੁਰਾਣੀਆਂ ਸੀਗੀਆਂ, ਹੋ ਗਈਆਂ, ਗਈਆਂ ਆਈਆਂ, ਗਈਆਂ ਗਿਆ ਆਇਆ ਕੁਛ ਨਹੀਂ, ਸਾਰਾ ਕੁਛ ਇੱਥੇ ਹੀ ਆ, ਸਿਰਫ ਜ਼ਰੂਰਤ ਆ ਸਾਨੂੰ ਦੇਖਣ ਦੀ। ਸੋ ਬ੍ਰੇਕ ਤੋਂ ਬਾਅਦ ਫਿਰ ਸਿੱਧੀਆਂ ਤੁਹਾਡੀਆਂ ਜਿਹੜੀਆਂ ਕਾਲਾਂ ਲਵਾਂਗੇ, ਗੱਲ ਚੱਲਦੀ ਹੈ ਵਿੱਚ ਘੁੰਮ ਘੁੰਮਾ ਕੇ ਆ ਕੇ ਵੀ ਜਿਹੜੀ ਥਾਲੀ 'ਚ ਖਾਂਦੇ ਹਾਂ ਉਹਦੇ 'ਚ ਛੇਕ ਨਹੀਂ ਕਰਨਾ ਚਾਹੀਦਾ, ਠੀਕ ਹੈ ਜੀ। ਥਾਲੀ ਬਦਲ ਲੈਂਦੇ ਤੁਸੀਂ ਵੱਖਰੀ ਗੱਲ ਆ, ਉਸੇ ਦੀ ਥਾਲੀ ਜਿਹੜਾ ਛੇਕ ਨਹੀਂ ਕਰਨਾ ਚਾਹੀਦਾ, ਮਤਲਬ ਜਿਹੜਾ ਮੁੱਕਦੀ ਗੱਲ ਇਹ ਹੈ ਕਿ ਅਕਸਰ ਅਕਸਰ ਸਾਡਾ ਦਿਮਾਗ ਜਿਹੜਾ ਉਦੋਂ ਕੰਮ ਨਹੀਂ ਕਰਦਾ ਹੁੰਦਾ ਵੀ ਇਸ ਬੰਦੇ ਨੇ ਸਾਡੇ ਵਾਸਤੇ ਕੀ ਕੀਤਾ। ਸੋ ਇਸ ਤਰ੍ਹਾਂ ਦਾ ਵਿਚਾਰ ਰਹੇਗਾ ਅੱਜ ਰਲਿਆ ਮਿਲਿਆ ਜਾ। ਸੋ ਕੀ ਵਿਚਾਰ ਨੇ ਤੁਹਾਡੇ, ਤੁਸੀਂ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਸਵਾਗਤ ਤੁਹਾਡਾ, ਅਤੇ ਕਰਦੇ ਹਾਂ ਫਟਾਫਟ ਗੱਲਾਂ ਬਾਤਾਂ, ਕਾਲਾਂ ਦਾ ਸਿਲਸਿਲਾ ਕਾਫੀ ਭਰਿਆ ਪਿਆ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੱਗੀ ਵੀਰੇ, ਕੀ ਹਾਲ ਜੀ? ਜੀ ਚਾਲ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਅੱਜ ਕੱਲ ਹੁਣ ਤੁਹਾਡਾ ਨੰਬਰ ਜਿਹੜਾ ਦੂਸਰਾ ਆਉਂਦਾ, ਜਿਹੜਾ ਛੁਪਿਆ ਰੁਸ਼ਤਮ ਹੁੰਦਾ ਨਾ ਉਦਾਂ ਦਾ, ਉਹ ਨੰਬਰ ਭਰਾਵਾ ਲੈਣੇ, ਹੋਰ ਨੰਬਰ ਖਰਾਬ ਹੋਇਆ। ਅੱਛਾ, ਹਾਂਜੀ, ਕੀ ਕਹਿਣਾ ਚਾਹੁੰਦੇ? ਫਟਾਫਟ ਆਪਾਂ ਵਿਸ਼ੇ ਦੀ ਗੱਲ ਕਰੀਏ, ਇਦਾਂ ਦੇ ਇਹ ਹੈਗੇ ਆ ਥਾਲੀ ਛੇਦ ਕਰਨ ਵਾਲੇ ਜਾਂ ਘਟ ਗਏ ਆ ਜਾਂ ਵੱਧ ਗਏ ਪਹਿਲਾਂ ਨੂੰ? ਇਹ ਸਾਰੇ ਹੀ ਥਾਲੀ ਛੇਦ ਕਰਨ ਵਾਲੇ ਜੱਗੀ, ਦੇਖੋ ਤੁਸੀਂ ਗੁੱਸਾ ਨਾ ਕਰਿਓ, ਜਿੰਨੇ ਤਾਂ ਆਪਣੀ ਜੇਬ ਚੋਂ ਖਰਚ ਕੇ ਕੁਛ ਕਿਸੇ ਵੀ ਕੰਮ ਲਈ ਕਰਦੇ ਹੋ, ਮੁਬਾਰਕ ਆ। ਜਿੰਨੇ ਚੈਨਲ ਲਾ ਲਓ, ਜਿੰਨੇ ਗਾਇਕ ਲਾ ਲਓ, ਸਭ ਕਹੀ ਜਾਂਦੇ ਸੀ ਪੰਜਾਬੀ ਬੋਲੀ ਦੀ ਸੇਵਾ ਕਰਦੇ, ਬਿਲਕੁਲ ਨਹੀਂ, ਪੰਜਾਬੀ ਬੋਲੀ ਇਹਨਾਂ ਦੀ ਸੇਵਾ ਕਰਦੀ ਆ, ਬਿਲਕੁਲ। ਇਹ ਨਹੀਂ ਪੰਜਾਬੀ ਬੋਲੀ ਸੇਵਾ ਕਰਦੇ, ਪੰਜਾਬੀ ਬੋਲੀ ਨੂੰ ਤਾਂ 20,000 ਸਾਲ ਹੋ ਗਏ, ਕਦ ਬਾਬਾ ਫਰੀਦ ਜੀ ਹੋਇਆ ਤੂੰ 900 ਸਾਲ ਪਹਿਲਾਂ, ਕਦੋਂ ਬਾਬਾ ਕਬੀਰ ਜੀ ਹੋਏ, ਜਾਂਦੀਆਂ ਬੋਲੀ ਪੰਜਾਬੀ ਤਾਂ ਤੁਰੀ ਆਉਂਦੀ, ਉਦੋਂ ਵੀ ਪਹਿਲਾਂ ਦੀ ਤੁਰੀ ਆਉਂਦੀ, ਕਿਸ ਵੇਲੇ ਸਾਡੇ ਰਾਜਾ ਪੋਰਸ ਹੋਇਆ ਪੰਜਾਬੀ ਪੰਜਾਬ ਦੇ ਵਿੱਚ, ਜਿਨ ਥੱਲਿਆ ਉਹਨਾਂ ਨੂੰ ਮੁਗਲਾਂ ਨੂੰ, ਪੰਜਾਬੀ ਅੱਜ ਦੀ ਥੋੜੋ ਆ। ਪਰ ਇਹ ਜਿਹੜੇ ਛੇਕ ਛੇਕ ਕਰਨ, ਕਹਿੰਦਾ ਲੋਕਾਂ ਦਿੱਤਾ ਮਾਣ ਬੜਾ ਹੈ, ਸੋਚ ਤੇਰੀ ਲਸਾਨੀ ਨੂੰ ਭੁੱਲਣਾ ਜਾਈ, ਕਿੱਧਰੇ ਮਾਨਾ ਬੇਬਿਆਂ ਦੀ ਕੁਰਬਾਨੀ ਨੂੰ, ਢਿੱਡੋਂ ਦਿੱਤਾ ਪਿਆਰ ਹੈ ਇਹਨਾਂ ਮਮਤਾ ਨਾ ਹੁਣ ਰੁੱਸ ਜਾਵੇ, ਬੜਾ ਸੰਤਾਪ ਹੰਢਾਇਆ ਲੋਕਾਂ, ਵਿਸ਼ਵਾਸ ਨਾ ਕਿੱਧਰੇ ਟੁੱਟ ਜਾਵੇ, ਮਨ ਨਾ ਉਹ ਦੇਖੀ ਵਿਸ਼ਵਾਸ ਨਾ ਕਿੱਧਰੇ ਟੁੱਟ ਜਾਵੇ। ਜੀ ਅੱਛਾ, ਸੁਰਿੰਦਰ ਸਿੰਘ ਜੀ, ਆਪਾਂ ਜਿਹੜੀ ਗੱਲ ਕਰਦੇ ਸੀ ਥਾਲੀ ਵਿੱਚ ਛੇਦ ਵਾਲੀ, ਇਹਦੇ ਬਾਰੇ ਕੀ ਵਿਚਾਰ ਨੇ? ਉਹ ਵੀ ਇਹਦੇ ਬਾਹਰਲੇ ਮੁਲਕਾਂ 'ਚ ਹੈਗਾ, ਵੈਸੇ ਮੋਸਟਲੀ ਲੋਕ ਦੇਖੇ ਨੇ ਬਾਹਰਲੇ ਮੁਲਕਾਂ ਦੇ ਹੈਲਪਫੁੱਲ ਨੇ, ਹੈਲਪ ਕਰਦੇ ਨੇ, ਪਰ ਫਿਰ ਵੀ ਐਸਾ ਕਿਤੇ ਦੇਖਣ ਨੂੰ ਮਿਲਦਾ ਇੱਦਾਂ ਦਾ ਕਿ ਕਿਸੇ ਬੰਦੇ ਨੇ ਜਿਹੜਾ ਉਸੇ ਬੰਦੇ ਕੋਲ ਸਾਰਾ ਕੁਛ ਪਾਇਆ ਹੋਵੇ ਤਾਂ ਉਸੇ ਦੇ ਮੁੜ ਕੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਬਹੁਤ ਬੰਦੇ ਆ ਜੀ, ਤੁਹਾਡੇ ਵੀ ਬਾਗ ਬੀਜ ਹੋਣੇ, ਸਾਡੇ ਵੀ ਬਹੁਤ ਬਾਗ ਬੀਜ ਆ, ਬਹੁਤ ਬੰਦੇ ਆ, ਪਰਮਾਤਮਾ ਕਿਰਪਾ ਰੱਖੇ ਸਾਡੇ ਨਾਲ, ਬਹੁਤ ਬੰਦਿਆਂ ਨੇ ਇੱਦਾਂ ਕੀਤੀ ਆ, ਸਾਡੇ ਬੜੇ ਭਾਈ ਨੇ ਬਹੁਤ ਕੀਤੀ ਆ, ਤੁਹਾਡਾ ਭਲਾ, ਤੇ ਹੋਰ ਵੀ ਲੋਕ ਇੱਥੇ ਹੈਗੇ ਆ ਜਿੰਨੀ ਕੀਤੀਆਂ, ਥਾਲੀ ਚ ਛਾਕ ਬਹੁਤ ਮਿਲ ਜਾਣੇ ਜੱਗੀ, ਜਿੰਨੇ ਕਹੋ ਗੁਣਾ ਦਿੰਦੇ ਆ ਜੀ। ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ, ਅਗਲੀ ਗਾ ਲੈਂਦੇ ਆ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਰਦਾਰ ਗਿਆਨ ਸਿੰਘ ਜੀ। ਹਾਂਜੀ ਜੀ ਜੀ ਜੀ, ਹਾਂਜੀ, ਕੀ ਕਹਿਣਾ?
ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਨਾ ਵੀ ਕੋਈ ਆਪਣੀ ਗੱਲ ਹੋਈ ਦੱਸੋ, ਥਾਲੀ ਸਰਾਖ ਵਾਲੀ ਤਾਂ ਦੱਸਣ ਲੱਗਾ ਮੈਂ। ਅੱਛਾ ਜੀ। ਹਾਂਜੀ, ਇਹ ਤਾਂ ਸਨ 50-52 ਦੀ ਗੱਲ ਹੈ, ਉਦੋਂ ਕਿ ਮੈਂ ਕੰਮ ਸਿੱਖਣਾ ਸ਼ੁਰੂ ਕੀਤਾ ਸੀ ਬਿਜਲੀ ਦਾ ਜੀ। ਜਲੰਧਰ ਸਾਡੇ ਇੱਕੋ ਹੀ ਮਸ਼ਹੂਰ ਦੁਕਾਨ ਸੀ, ਕਰਤਾਰ ਇਲੈਕਟ੍ਰਿਕ ਕੰਪਨੀ, ਕਰਤਾਰ ਸਿੰਘ ਮਾਲਕ ਸੀ ਉਰੇ। ਅੱਛਾ ਜੀ। ਤੇ ਉਹਨਾਂ ਨੇ ਇੱਕ ਸ਼ਾਗਿਰਦ ਸੀਗਾ ਸਾਧੂ ਸਿੰਘ, ਪਿੰਡ ਸੀ ਹਰੀਪੁਰ ਉਹਦਾ, ਨੂਰ ਨਕੋਦਨ ਦੇ ਨਾਲ। ਹਾਂਜੀ। ਉਹਨਾਂ ਨੇ ਬਹੁਤ ਕੁਛ ਸਿਖਾਲਤਾ ਉਹਨੂੰ, ਬਹੁਤ ਕੁਛ ਸਿਖਾਲਤਾ ਉਹਨੂੰ, ਸਭ ਕੁਛ ਜੋ ਸਾਰੇ ਗੁਰ ਜੋ ਹੁੰਦੇ ਆ ਇਲੈਕਟ੍ਰਿਕ ਦੇ ਵਿੱਚ, ਮੋਟਰਾਂ ਦੇ, ਬੈਟਰੀਆਂ ਦੇ, ਸਾਰਾ ਕੁਛ ਸਿਖਾਲਤਾ ਉਹਨੂੰ। ਤੇ ਉਹ ਫਿਰ ਤਕਰੀਬਨ ਦੁਕਾਨ ਤੇ ਵੀ ਆਮ ਤੌਰ ਤੇ ਉਹ ਹੀ ਬੈਠਿਆ ਕਰੇ, ਤੇ ਆਏ ਗਏ ਗਾਹਕ ਨੂੰ ਇਹੀ ਪਤਾ ਲੱਗੇ ਵੀ ਕਰਤਾਰ ਸਿੰਘ ਇਹੀ ਆ। ਅੱਛਾ ਜੀ। ਕੁਛ ਸਮਾਂ ਪਾ ਕੇ ਫਿਰ ਉਹਨੂੰ ਇੰਨੀ ਆਪਣੇ ਆਪ ਚ ਇਹ ਹੋ ਗਈ ਵੀ ਹੁਣ ਤਾਂ ਨਾਮ ਮੇਰਾ ਚੱਲਦਾ, ਸਰਦਾਰ ਨੂੰ ਤਾਂ ਜਾਣਦੇ ਕੋਈ ਨੀਗਾ, ਹੁਣ ਉਹਨਾਂ ਦੇ ਮੁਕਾਬਲੇ ਚ ਹੀ ਦੁਕਾਨ ਖੋਲ ਲਈ, ਨਹਿਰੂ ਗਾਰਡਨ ਦੇ ਸਾਹਮਣੇ ਦੁਕਾਨਾਂ ਨਵੀਆਂ ਬਣੀਆਂ ਸੀ, ਉਹ ਪੰਜਾਬ ਰਾਜ ਬੈਂਕ ਦੇ ਨਾਲ ਸਿਵਲ ਲਾਈਨ ਤੇ, ਉੱਥੇ ਮੁਕਾਬਲੇ ਦੁਕਾਨ ਖੋਲ ਲਈ। ਅੱਛਾ ਜੀ। ਉਹਨੂੰ ਕਰਤਾਰ ਸਿੰਘ ਨੇ ਸਮਝਾਇਆ ਵੀ ਚੱਲ ਬਈ ਤੂੰ ਸਭ ਕੁਛ ਸਿੱਖ ਵੀ ਗਿਆ ਵੀ ਤੂੰ ਜੇ ਖੋਲਣਾ ਤਾਂ ਮੇਰੇ ਮੁਕਾਬਲੇ ਚ ਨਾ ਖੋਲ, ਦੂਰ ਨੇੜੇ ਖੋਲਣਾ ਥੋੜਾ ਜਿਹਾ ਹੈ, ਪਰ ਉਹ ਨਹੀਂ ਮੰਨਿਆ, ਨਹੀਂ ਮੰਨਿਆ ਹੈ, ਤੇ ਨਹੀਂ ਮੰਨਿਆ ਤੇ ਉਹਦਾ ਐਸਾ ਦਿਲ ਟੁੱਟਾ ਕਰਤਾਰ ਸਿੰਘ ਦਾ, ਫਿਰ ਬਾਅਦ ਚ ਪਤਾ ਲੱਗਾ ਵੀ ਸ਼ਹਿਰ ਚ ਕੋਈ ਦੁਕਾਨ ਸੀ ਮਸ਼ਹੂਰ, ਇੱਕ ਦੋ ਸੀਗੀਆਂ ਹੋਰ ਬਾਰੇ ਜ਼ਿਆਦਾ ਮਸ਼ਹੂਰ ਸੀ, ਫਿਰ ਮੈਂ ਵੀ ਕੰਮ ਸਿੱਖਣਾ ਸੀ, ਮੈਂ ਉਹਦੇ ਕੋਲ ਆਇਆ ਫਿਰ। ਅੱਛਾ। ਉਹ ਕਹਿੰਦਾ ਵੀ ਦੇਖ ਗੱਲ ਇਹ ਹੈ ਵੀ ਮੈਂ ਇੱਕ ਸਹੁੰ ਪਾਈ ਆ, ਕੀ ਬਾਤ ਹੈ, ਵੀ ਹੁਣ ਮੈਂ ਕਿਸੇ ਨੂੰ ਕੰਮ ਨਹੀਂ ਸਿਖਾਲਣਾ, ਹਾਏ 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 ਕੰਮ ਨਹੀਂ ਸਿਖਾਲਣਾ, ਵੀ ਜੇ ਥਾਲੀ ਚ ਖਾਧਾ ਉਹਨੇ ਛੇਕ ਕੀਤਾ ਵੀ ਮੇਰਾ ਸ਼ਾਗਿਰਦ ਸੀਗਾ, ਜੇ ਮੈਂ ਸਭ ਗੁਣ ਚ ਪਾਤੇ ਆ, ਉਹਦਾ ਫਰਜ਼ ਨੀ ਮੰਨਦਾ ਸੀ ਕਿ ਮੇਰੇ ਮੁਕਾਬਲੇ ਚ ਨਾਲ ਹੀ ਦੁਕਾਨ ਖੋਲ ਕੇ ਬਹਿ ਜਾਏ, ਬਿਲਕੁਲ ਇਹਨਾਂ ਦੇ ਲਿਹਾਜ਼ ਕਰ ਹੀ ਲੈਂਦਾ ਨਾ, ਬਿਲਕੁਲ ਜੀ, ਇਹਨਾਂ ਦੇ ਲਿਹਾਜ਼, ਪਰ ਉਹ ਨਹੀਂ ਕੀਤਾ ਸਾਧੂ ਸਿੰਘ ਨੇ, ਹੈਨਾ। ਸਾਡੇ ਸਾਡੇ ਵੀ ਗਿਆਨ ਸਿੰਘ ਜੀ, ਇੱਕ ਸਾਡੀ ਸੇਮ ਗੱਲ ਥੋੜ੍ਹੀ ਥੋੜ੍ਹੀ ਸ਼ਬਦਾਂ 'ਚ ਫਟਾਫਟ ਸਾਂਝੀ ਕਰਨੀ ਚਾਹੁੰਦਾ। ਸਾਡੇ ਵੀ ਇੱਕ ਹੋਇਆ, ਇੱਕ ਬੰਦੇ ਨੂੰ ਬਹੁਤ ਪੂਰਾ ਦਿਲ ਨਾਲ ਉਹਨੇ ਬੰਦੇ ਨੇ ਕੰਮ ਸਿਖਾਇਆ, ਪੂਰਾ ਦਿਲ ਨਾਲ ਸਾਰਾ ਕੁਛ ਐਨ ਵੀ ਵਧੀਆ ਬੰਦਾ ਤੂੰ, ਉਹ ਜਿਹਨੂੰ ਕੰਮ ਸਿਖਾਇਆ ਉਹਨੇ ਹੀ ਮੁੜ ਕੇ ਕੰਪਨੀ ਨੂੰ ਕਹਿ ਕੇ ਵੀ ਇਹਦੀ ਕੀ ਲੋੜ ਹੈ, ਇਹਨੂੰ ਤੁਸੀਂ 5,000 ਦਿੰਦੇ, ਮੈਂ ਤੁਹਾਡੇ 'ਚੋਂ ਇਹੀ ਕੰਮ ਸਾਰਾ 3,000 'ਚ ਕਰਦਾ, ਉਹਦੀ ਵਿਚਾਰੀ ਛੁੱਟੀ ਕਰਾ ਦਿੱਤੀ। ਇਹ ਵੀ ਗੱਲ ਉੱਥੇ ਦੇ ਉੱਥੇ ਆ ਗਏ ਨੇ ਜਗਮੀਤ, ਮੈਂ ਤਾਂ ਆਪਣੇ ਮੈਂ ਤੇ ਜੋ ਮੇਰੇ ਨਾਲ ਹੱਡ ਬੀਤੀ ਉਹ ਦੱਸਣ ਲੱਗਾ, ਫਿਰ ਮੈਨੂੰ ਮੈਂ ਉਹਦਾ ਨਵਾਂ ਨਵਾਂ ਪੜ੍ਹ ਕੇ ਹਟਿਆ ਸੀਗਾ, 50-52 ਦੀ ਗੱਲ ਹੈ, ਤੇ ਮੈਂ ਵੀ ਕੰਮ ਸਿੱਖਣਾ ਸੀ ਕੋਈ, ਤੇ ਮੈਂ ਉਹਨਾਂ ਕੋਲ ਆਇਆ ਤੇ ਮੈਂ ਕਿਹਾ ਵੀ ਸ਼ਹਿਰ 'ਚ ਕੋਈ ਕਾਬਲ ਬੰਦਾ ਹੈ ਵੀ ਉਹਦੇ ਕੋਲ ਕਿਉਂ ਨਾ ਆਪਾਂ 2-4-6 ਮਹੀਨੇ ਲਾ ਕੇ ਕੰਮ ਸਿੱਖ ਲਈਏ, ਹੁਣ ਮੈਨੂੰ ਆਉਂਦਿਆਂ ਕਹਿਤਾ ਵੀ ਮੈਂ ਹੁਣ ਸਹੁੰ ਪਾਤੀ ਆ ਵੀ ਮੈਂ ਕੰਮ ਸਿਖਾਉਣਾ ਨੀ ਕਿਸੇ ਨੂੰ, ਜੇ ਕਿਸੇ ਦੀ ਕੋਈ ਆਪਣੀ ਹਿੰਮਤ ਸਿੱਖ ਲਵੇ, ਮੈਂ ਕਿਹਾ ਦੇਖੋ ਸਾਹ ਜੀ ਆਪਾਂ ਉਦਾਂ ਗੱਲ ਕਹਿਣ ਨੂੰ ਜ਼ਰੂਰ ਬਣੀ ਵੀ ਸਾਦੀ ਸ਼ਾਗਿਰਦੀ ਹੈਗੀ ਆ, ਪਰ ਸਟਾਲ ਘੋਲ ਕੇ ਵੀ ਨੀ ਪਾ ਸਕਦਾ, ਆਪਣਾ ਵੀ ਦਿਮਾਗ ਚਾਹੀਦਾ ਸ਼ਾਗਿਰਦ ਦਾ, ਠੀਕ ਨਹੀਂ, ਬਿਲਕੁਲ ਜੀ। ਸੋ ਮੈਂ ਜੇ ਤਾਂ ਮੇਰੇ 'ਚ ਮੈਂ ਕਿਹਾ ਹਿੰਮਤ ਹੋਊਗੀ ਤਾਂ ਮੈਂ ਸਿੱਖ ਲਊਂਗਾ, ਪਰ ਤੁਸੀਂ ਮੈਨੂੰ ਆਪਣੀ ਦੁਕਾਨ ਤੇ ਰੱਖ ਲਵੋ ਕੰਮ ਸਿਖਾਉਣ ਲਈ। ਕਹਿੰਦਾ ਮੈਂ ਤੈਨੂੰ ਦੱਸਣਾ ਕੁਛ ਨੀਗਾ, ਮੈਂ ਕਿਹਾ ਠੀਕ ਹੈ ਨਾ ਦੱਸੋ ਕੁਛ। ਅੱਛਾ, ਜਿੰਨੀ ਕੁ ਵਾਹ ਲੱਗਣੀ ਅਸੀਂ ਆਪ ਕਰ ਕੁਰੇ, 3-4 ਹੋਰ ਮੁੰਡੇ ਕੰਮ ਕਰਦੇ ਸੀ, ਇੱਕ ਦਿਨ ਸਲਾਹ ਸਲੂ ਕਰਕੇ ਮੁੱਠ ਖੋਲਣੀ, ਤਾਰਾਂ ਗਿਣ ਲੈਣੀਆਂ, ਲੰਬਾ ਉਹਦੀਆਂ ਟਰਨਾਂ ਗਿਣ ਲੈਣੀਆਂ, ਵੇਟ ਕਰ ਲੈਣਾ, ਕੰਬਾਈਨ ਕਰ ਲੈਣੀ, ਜਦੋਂ ਕੋਈ ਫਾਲਟ ਕਿਸੇ ਮੋਟਰ 'ਚ ਪੈਂਦਾ ਸੀ ਨਾ ਉਹ ਲੱਭਣਾ ਔਖਾ ਹੁੰਦਾ ਸੀਗਾ, ਉਹ ਫਿਰ ਸਟਾਰ ਦੀ ਸਾਨੂੰ ਸਲਾਹ ਲੈਣੀ ਪੈਂਦੀ ਸੀਗੀ, ਅਸੀਂ ਸਾਰਾ ਕੰਮ ਕਰਕੇ ਤੇ ਉਹ ਮੋਟਰ ਕਹਿਣਾ ਸੰਸਾਰ ਜੀ ਵੀ ਆਹ ਸਾਤੋਂ ਕੰਮ ਨੀ ਸੂਤ ਆਇਆ, ਇਹ ਦੱਸੋ, ਇਹ ਰਹਿਣ ਦਿਓ, ਤੁਸੀਂ ਉਹ ਛੱਡ ਕੇ ਦੁਆ ਕਰ ਲਓ। ਹੁਣ ਫਿਰ ਕੀ ਕਰਨਾ, ਕਰਤਾਰ ਸਿੰਘ ਨੇ ਰਾਤ ਨੂੰ ਉਹ ਫਾਲਟ ਕੱਢਣਾ ਹੈ ਤੇ ਟੇਪ ਟੂਪ ਕਰਕੇ ਮੋਟਰ ਰੱਖ ਦੇਣੀ ਹੈ, ਵੀ ਇਹਨੂੰ ਵਾਰਨਿਸ਼ ਕਰ ਦਿਓ। ਅਸੀਂ ਵੀ ਕਿਹੜੇ ਘੱਟ ਸੀ ਫਿਰ, 3-4 ਇੱਕੋ ਜਿਹਾ ਮੁੰਡੇ ਸੀ, ਅਸੀਂ ਉਹਦੀ ਟੇਪ ਖੋਲ ਕੇ ਚੈੱਕ ਕਰ ਲੈਣਾ ਵੀ ਫਾਲਟ ਸੀ ਕਿਤੇ ਹੈ, ਉਹਨੇ ਵੀ ਸਹੁੰ ਪਕਾ ਲਈ ਤੇ ਅਸੀਂ ਵੀ ਕੰਮ ਸਿੱਖ ਲਿਆ ਪੂਰਾ ਉਹਦੇ ਕੋਲੋਂ। ਮੈਂ ਸਾਲ ਭਰ ਕੰਮ ਕੀਤਾ, ਸਾਲ ਕੁ ਭਰ ਮੈਂ ਕੰਮ ਕੀਤਾ, ਫਿਰ ਮੈਂ ਉੱਥੇ ਜਲੰਧਰ ਚ ਨੀ ਕੰਮ ਸ਼ੁਰੂ ਕੀਤਾ, ਮੈਂ ਹੁਸ਼ਿਆਰਪੁਰ ਚ ਲੈ ਗਿਆ, 4 ਸਾਲ ਹੁਸ਼ਿਆਰਪੁਰ ਮੈਂ ਰਿਹਾ, 57 ਚ ਮੁੜ ਕੇ ਆਇਆ ਮੈਂ, ਠੀਕ ਰਹੀ। ਸੋ ਇਹ ਠੀਕ ਹੈ ਵੀ ਕਦਰ ਕਰਨੀ ਚਾਹੀਦੀ ਆ ਜੇ ਕੋਈ ਕਿਸੇ ਨੂੰ ਗੁਣ ਦਿੰਦਾ ਤਾਂ, ਹੈ ਨਾ ਜੀ, ਬਿਲਕੁਲ ਬਿਲਕੁਲ। ਇਸ ਤਰ੍ਹਾਂ ਕਰਕੇ ਹੈਗਾ ਵੀ ਉਹ ਗੱਲ ਹੈ ਵੀ ਉਹਨੂੰ ਰਿਜਕੇ ਪਾਇਆ ਉਹਨੂੰ ਵੀ ਤੂੰ ਚੱਲ ਤੂੰ ਕੰਮ ਸਿੱਖ ਗਿਆ ਪੂਰਾ, ਤੂੰ ਇੰਨਾ ਇਲਾਕਾ ਵੱਡਾ, ਕਿਉਂ ਉਦੋਂ ਵਾਈਂਡਿੰਗ ਦੀਆਂ ਦੁਕਾਨਾਂ ਹੀ ਨਹੀਂ ਸੀਗੀਆਂ, ਨਾ ਕਪੂਰਥਲੇ, ਨਾ ਨਕੋਦਰ, ਨਾ ਦੂਰ ਦੂਰ ਤੱਕ ਲੁਧਿਆਣੇ ਸੀਗੀ ਜਾਂ ਅੰਮ੍ਰਿਤਸਰ ਸੀਗੀ, ਲਾਗੇ ਸਾਗੇ ਸੀਗੀਆਂ ਕਿਤੇ ਨੀ, ਸਾਰਾ ਜਲੰਧਰ ਆਉਂਦਾ ਸੀਗਾ ਜੀ। ਮਿਹਰਬਾਨੀ, ਮੈਂ ਦੱਸਣ ਲੱਗਾ ਆ ਬਈ ਏਦਾਂ ਹੁੰਦਾ ਵੀ ਇਹਨੂੰ ਕਹਿੰਦੇ ਆ ਬਈ ਛੇਕ ਕਰਨਾ, ਬਹੁਤ ਵਧੀਆ ਮਿਸਾਲ, ਬਹੁਤ ਸਿਰੇ ਦੀ ਮਿਸਾਲ ਤੁਸੀਂ ਦਿੱਤੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘੱਟ ਕਰੋ ਪਲੀਜ਼। ਹਾਂ ਜੀ, ਕਰਤੀ ਜੀ, ਕਰਤੀ, ਬੜੀ ਮਿਹਰਬਾਨੀ। ਹਾਂ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਬਾਜੀ ਮਨਵੀਰ ਚਾਲ ਬੋਲਦਾ ਜੀ, ਇੱਥੇ ਕੈਲੀਫੋਰਨੀਆ ਐਲਏ ਤੋਂ। ਵਾਹ ਜੀ ਵਾਹ ਮਨਵੀਰ ਜੀ। ਹਾਂ ਜੀ,
ਹਾਂਜੀ ਭਾਜੀ ਬਸ ਆਹੀ ਗੱਲ ਕਰਨੀ ਆਪਣੀ ਜਿਹੜੀ ਆ ਗੁਰਦਾਸ ਮਾਨ ਦਾ ਮੁੱਦਾ ਜਿਹਾ ਥੋੜਾ ਛਿੜਿਆ ਵਾ ਵੀ ਬੰਦੇ ਨੇ ਕੀਤੀ ਤਾਂ ਥੋੜੀ ਜਿਹੀ ਗਲਤੀ ਆ ਹੁਣ ਜਿੱਦਾਂ ਆਪਾਂ ਮਰਜ਼ੀ ਕਹਿ ਲਈਏ ਵੀ ਥੋੜਾ ਜਿਹਾ ਉੱਦਾਂ ਆਪਣੇ ਪੰਜਾਬੀਆਂ ਨੂੰ ਪਛਾਣਨ 'ਚ ਥੋੜਾ ਜਿਹਾ ਟਾਈਮ ਲੱਗਾ ਇਸ ਬੰਦੇ ਨੂੰ ਅਤੇ ਪਰ ਜੇ ਉੱਦਾਂ ਆਪਾਂ ਸੋਚਿਆ ਜਾਈਏ ਵੀ ਇਹ ਬੰਦਾ ਥੋੜ੍ਹਾ ਅੰਦਰੋਂ ਅੰਦਰੀ ਪੰਜਾਬੀ ਨੂੰ ਖਾ ਰਿਹਾ ਸੀਗਾ ਅਤੇ ਆਪਣੇ ਬੰਦੇ ਚਲੋ ਇਹਨੂੰ ਮਾਣ ਦਿੰਦੇ ਆ ਵੀ ਬੰਦਾ ਵਧੀਆ ਲਿਖਦਾ ਇਹਦੇ ਵਿੱਚ। ਮਨਵੀਰ ਜੀ ਤੁਹਾਡੀ ਬਹੁਤ ਮਿਹਰਬਾਨੀ ਆ, ਗੱਲ ਦਰਅਸਲ ਅਸੀਂ ਦੋ ਤਿੰਨ ਦਿਨ ਪਹਿਲਾਂ ਗੱਲ ਕਰ ਚੁੱਕੇ ਗੁਰਦਾਸ ਮਾਨ ਬਾਰੇ, ਅੱਜ ਚਲੋ ਵਿੱਚ ਆ ਗਈ ਸ਼ੁਰੂ ਹੋ ਗਈ, ਪਰ ਇਹ ਅਸੀਂ ਅਗਰ ਕਹੀਏ ਕਿ ਉਹ ਪੰਜਾਬੀ ਨੂੰ ਖਾ ਰਿਹਾ ਸੀ ਜਾਂ ਕੀ ਕਰ ਰਿਹਾ ਸੀ, ਉਹ ਪੰਜਾਬੀ ਬੋਲ ਕੇ ਚਲੋ ਰੋਟੀ ਪਾਣੀ ਵਧੀਆ ਵਧੀਆ ਤਕੜਾ, ਜਾਣੀ ਸਭ ਤੋਂ ਵੱਧ ਸਦੀਕ ਸਾਹਿਬ ਕੁਲਦੀਪ ਮਾਣਕ ਸਾਹਿਬ ਜਿਹੜੇ ਸੀਗੇ ਤਾਂ ਉਹ ਜੋ ਲੋਕ ਦਿੰਦੇ ਸੀ ਪੈਸੇ ਤਕਰੀਬਨ ਲੈ ਲੈਂਦੇ ਸੀ, ਅਤੇ ਕਲਾਕਾਰਾਂ ਨੂੰ ਪੰਜਾਬ ਤੋਂ ਬਾਹਰ ਪਹੁੰਚਾਉਣ ਵਾਲਾ ਪੰਜਾਬੀਆਂ ਨੂੰ ਅਤੇ ਕਲਾਕਾਰਾਂ ਦੇ ਰੇਟ ਬੰਨਣ ਵਾਲਾ ਗੁਰਦਾਸ ਮਾਨ ਆ, ਇਹਨੂੰ ਅਸੀਂ ਹੁਣ ਜਿੱਦਾਂ ਮਰਜ਼ੀ ਲੈ ਲਈਏ, ਬਹੁਤ ਸਾਰੇ ਲੋਕ ਉਹਦੇ ਹੱਕ 'ਚ ਵੀ ਹੁਣ ਆਏ ਨੇ, ਔਰ ਸਾਡੀ ਫਿਤਰਤ ਆ ਜਦੋਂ ਅਸੀਂ ਕਿਸੇ ਦੇ ਵਿਰੋਧ 'ਚ ਹੁੰਦੇ ਵਿਰੋਧ 'ਚ ਹੋਣੇ ਸ਼ੁਰੂ ਹੋਏ ਨੇ, ਹੁਣ ਉਹ ਗੁਰਦਾਸ ਮਾਨ ਦੇ ਲੋਕ ਹੱਕ 'ਚ ਬੋਲਣਾ ਸ਼ੁਰੂ ਹੋਏ ਨੇ, ਹੁਣ ਤਕਰੀਬਨ 5-4 ਪੋਸਟਾਂ ਰੋਜ਼ ਦੀਆਂ ਸੋਸ਼ਲ ਮੀਡੀਆ 'ਤੇ ਮਿਲ ਜਾਂਦੀਆਂ ਉਹਦੇ ਹੱਕ 'ਚ। ਚਲੋ ਅਸੀਂ ਉਹ ਗੱਲ ਨਹੀਂ ਕਰਦੇ, ਅਸੀਂ ਅੱਜ ਗੱਲ ਕਰਦੇ ਸੀਗੇ, ਜਿਵੇਂ ਬੜੀ ਵਧੀਆ ਮਿਸਾਲ ਦਿੱਤੀ ਆ, ਇਹ ਚੀਜ਼ਾਂ ਅਕਸਰ ਹੁੰਦੀਆਂ ਨੇ ਕਿ ਜਿਹੜਾ ਬੰਦਾ ਅਗਲੇ ਨੂੰ ਦਿਲੋਂ ਕੋਈ ਕੰਮ ਕਰਦਾ ਤਾਂ ਮੁੜ ਕੇ ਉਸੇ ਦੀਆਂ ਹੀ ਜੜ੍ਹਾਂ ਵੱਢਦਾ ਬੰਦਾ, ਕਹਿੰਦਾ ਜੜ੍ਹਾਂ ਵੱਢਦਾ ਕਹਿ ਲਓ ਜਾਂ ਕੁਛੜ ਬਹਿ ਕੇ ਦਾੜ੍ਹੀ ਪੁੱਟਣਾ ਕਹਿ ਲਓ, ਇਹ ਸਾਰੀਆਂ ਗੱਲਾਂ ਉਸੇ 'ਚ ਹੀ ਆ ਜਾਂਦੀਆਂ ਨੇ। ਬਹੁਤ ਸਾਰੇ ਕੇਸ ਅੱਖਾਂ ਸਾਹਮਣੇ ਦੇਖਣ ਨੂੰ ਮਿਲੇ ਨੇ ਕਿ ਖਾ ਕੇ ਥਾਲੀ ਵਿੱਚ ਛੇਦ ਹੀ ਨਹੀਂ ਕਰਦੇ, ਮੋਰਾ ਕਰ ਦਿੰਦੇ ਨੇ। ਕੀ ਵਿਚਾਰ ਨੇ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕੱਲ੍ਹ ਲਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ। ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਤਾਂ ਚੱਲਦੇ ਹਾਂ ਤੁਹਾਡੀਆਂ ਕਾਲਾਂ ਵੱਲ। ਗੱਲ ਚੱਲਦੀ ਹੈ ਕਿ ਜਿਸ ਥਾਲੀ ਵਿੱਚ ਕਾਈ ਖਾਈਏ ਉਸ ਵਿੱਚ ਛੇਕ ਨਹੀਂ ਕੱਢੀਦਾ। ਕੀ ਵਿਚਾਰ ਨੇ ਤੁਹਾਡੇ, ਜਾਂ ਕੀ ਤੁਹਾਡੇ ਨਾਲ ਵਾਪਰਿਆ ਕਦੇ ਇਹੋ ਜਿਹਾ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹੈਲੋ, ਧਿਆਨ ਫੋਨ ਵੱਲ ਨਹੀਂ ਹੈ ਜੀ ਤੁਹਾਡਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਜੀ ਸਰ ਕੌਣ ਬੋਲਦੇ? ਬਲਰਾਜ ਜੀ। ਹਾਂਜੀ ਹਾਂਜੀ ਬਲਰਾਜ ਜੀ, ਕੀ ਕਹਿਣਾ ਚਾਹੁੰਦੇ ਜੀ? ਇਹ ਕੋਈ ਇਸ ਤਰ੍ਹਾਂ ਦੇ ਹੈਗੇ ਜਾਂ ਵਾਕਿਆਤ ਘੱਟ ਗਏ ਨੇ ਅਕਸਰ ਤਕਰੀਬਨ ਦੇਖਣ ਦੇ ਵਿੱਚ ਆਉਂਦਾ ਕਿ ਜਿਵੇਂ ਉਹਨਾਂ ਨੇ ਗੱਲ ਸੁਣਾਈ? ਮੇਰੇ ਕੋਲ ਵੀ 3-4 ਹੋਰ ਉਦਾਹਰਨਾਂ ਹੈਗੀਆਂ ਸੀ ਪਰ ਸਮਾਂ ਘੱਟ ਕਰਕੇ ਮੈਂ ਸਾਂਝੀਆਂ ਨਹੀਂ ਕੀਤੀਆਂ। ਕੀ ਕਹਿਣਾ ਚਾਹੁੰਦੇ? ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ, ਇਸ ਤਰ੍ਹਾਂ ਅਕਸਰ ਹੋ ਜਾਂਦਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਹੈਲੋ ਜੀ, ਸਤਿ ਸ਼੍ਰੀ ਅਕਾਲ, ਕਾਲ ਤੁਹਾਡੀ ਡਰਾਈਵ ਲੱਗੀ ਹੈ ਜੀ। ਨਾਮ ਹੈਗਾ ਜੀ 510 ਏਰੀਆ ਕੋਡ ਤੋਂ। ਚਲੋ ਖੈਰ, ਧਿਆਨ ਫੋਨ ਵੱਲ ਨਹੀਂ ਹੈਗਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ ਹੈ ਜੀ। ਹਾਂਜੀ ਹਾਂਜੀ, ਜੱਗੀ ਸਾਹਿਬ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰ ਰਹੀ, ਮੈਂ ਵਿਸ਼ੇ ਤੇ ਗੱਲ ਕਰ ਰਹੀ, ਤੁਸੀਂ ਆਪਣੇ ਪੰਜਾਬੀ ਵਿਸ਼ੇ ਤੇ ਗੱਲ ਕੀਤੀ ਸੀ ਭਰਾ ਜੀ। ਜੀ ਵੀਰ ਜੀ, ਸਭ ਤੋਂ ਵੱਡੀ ਗਲਤੀ ਹੈ ਮਾਵਾਂ ਦੀ। ਵਾਹ ਜੀ ਵਾਹ। ਮਾਵਾਂ ਪੰਜਾਬੀ ਨਹੀਂ ਬੋਲਦੀਆਂ ਬੱਚਿਆਂ ਨਾਲ, ਘਰੋਂ ਮੇਰੀ ਘਰਵਾਲੀ ਵਾਂਗਰ ਸੇਵਾ ਕਰਦੀ ਆਈ ਹੈ ਤੇ ਸੇਵਾ ਕਰਨ ਲੱਗ ਪੈਂਦੀ ਹੈ, ਉਹ ਆ ਕੇ ਕਹਿੰਦੀ ਹੈ ਜੀ ਹਾਉ ਆਰ ਯੂ। ਬਿਲਕੁਲ ਜੀ, ਘਰਾਂ ਦੇ ਵਿੱਚ ਵੀ ਟ੍ਰੈਂਡ ਜਿਹਾ ਬਣ ਗਿਆ ਅੰਗਰੇਜ਼ੀ ਬੋਲਣ ਦਾ, ਜਿਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ ਤੇ ਦਾਦਾ ਦਾਦੀ ਨਾਲ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ, ਮੈਂ ਤਾਂ ਬੱਚਿਆਂ ਨੂੰ ਪੁੱਛਦਾ ਵੀ ਕੀ ਕਹਿਤਾ ਤੂੰ ਮੈਨੂੰ। ਅੱਛਾ, ਚਲੋ ਇਹੀ ਹੈ, ਇਹੀ ਭਾਜੀ ਗੱਲ ਹੈਗੀ ਵੀ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਘਰ ਦੇ ਵਿੱਚ, ਦਾਦਾ ਦਾਦੀ ਨਾਨਾ ਨਾਨੀ, ਉਹ ਬੱਚੇ ਪੰਜਾਬੀ ਬੋਲਦੇ ਨੇ। ਜੇ ਬੱਚਿਆਂ ਨੂੰ ਪਤਾ ਵੀ ਉਹ ਮਜਬੂਰੀ ਹੈ ਸਾਡੀ ਇਹਨਾਂ ਨਾਲ ਪੰਜਾਬੀ ਬੋਲਣੀ। ਸੋਰੀ, ਮੈਂ ਕਹਿੰਦਾ ਕਿ ਮੇਰਾ ਵੱਡਾ ਪੋਤਰਾ ਤੇ ਪੋਤਰੇ ਜਿਹੜੇ ਆ ਉਹ ਪੰਜਾਬੀ 'ਚ ਗੱਲ ਕਰ ਲੈਂਦੇ ਆ, ਤੇ ਜਦੋਂ ਸਾਡੇ ਨਾਲ ਕੋਈ ਗੱਲ ਪੁੱਛਦੇ ਅੰਗਰੇਜ਼ੀ 'ਚ ਗੱਲ ਕਰਦੇ ਆ। ਅੱਛਾ ਹਾਂਜੀ, ਚਲੋ
ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਪੰਜਾਬੀ ਦੀ ਗੱਲ ਤਾਂ ਖੈਰ ਜਦੋਂ ਮਰਜ਼ੀ ਆਪਾਂ ਕਰ ਸਕਦੇ, ਪੰਜਾਬੀ ਦੀ ਗੱਲ ਤਾਂ ਪੰਜਾਬੀ ਨੂੰ ਪ੍ਰਮੋਟ ਕਰਨ ਲਈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਭਾਜੀ, ਕੀ ਹਾਲ ਜੇ ਜੀ? ਸਤਿ ਸ਼੍ਰੀ ਅਕਾਲ ਜੀ, ਸਿੰਘ ਜੀ ਕਹਿਣਾ ਜ਼ਰੂਰੀ ਹੈ ਬੰਦਾ। ਹਾਂਜੀ, ਕੌਣ ਬੋਲਦੇ? ਹਾਂਜੀ, ਮੈਂ ਹਰਪ੍ਰੀਤ ਬੋਲ ਰਿਹਾ। ਹਾਂਜੀ ਹਾਂਜੀ, ਹਰਪ੍ਰੀਤ ਜੀ, ਮੇਰੇ ਖਿਆਲ ਇੱਥੋਂ ਬੇਕਰਸਫੀਲਡ। ਹਾਂਜੀ ਹਾਂਜੀ ਹਾਂਜੀ, ਹਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ? ਗੱਲ ਇਦਾਂ ਦੀ, ਜਿਹੜਾ ਆਪਣਾ ਕਹਿੰਦੇ ਨਾ ਥਾਲੀ 'ਚ ਸੇਕ ਕੱਢਣਾ, ਇਹ ਦਰਅਸਲ ਮੈਡਮ ਕਿਸੇ ਨੇ ਕਿਸੇ ਨੂੰ ਕੰਮ ਸਿਖਾਇਆ ਤੇ ਉਹਨੇ ਕੰਮ ਆਪਣਾ ਚਾਲੂ ਕਰ ਲਿਆ, ਲਾਗੇ ਬਰਾਬਰ ਚ ਕਰ ਲਿਆ, ਉਹਨੂੰ ਥਾਲੀ ਚ ਸੇਕ ਕੱਢਣਾ, ਇਹਨੂੰ ਥਾਲੀ ਚ ਸੇਕ ਨਹੀਂ ਕੱਢਣਾ ਕਹਿੰਦੇ ਜੀ। ਜਦੋਂ ਕੌਮਾਂ ਖੜੀਆਂ ਹੋ ਜਾਣ ਨਾ ਨਾਲ ਜੀ, ਕਿਸੇ ਧਰਮ ਦੇ ਮੋਰਚੇ ਵਾਸਤੇ ਕੌਮਾਂ ਖੜੀਆਂ ਹੋਣ ਤੇ ਉਹ ਮੁੱਕਰ ਜਾਣ, ਲੋਕ ਨਾਲ ਹੋ ਜਾਣ, ਉਹਨੂੰ ਕਹਿੰਦੇ ਆ ਥਾਲੀ ਚ ਸੇਕ ਕੱਢਿਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲੀਡਰਾਂ ਦੀ ਗੱਲ ਕੋਈ ਨਹੀਂ, ਲੀਡਰ ਤੇ ਥਾਲੀ ਚ ਸੇਕ ਰੋਜ਼ ਕੱਢਦੇ ਉਹਨਾਂ ਤੇ ਜੀ। ਅਸਲ ਤੇ ਪਿੱਠ ਛੁਰਾ ਮਾਰਨਾ ਜਿਹੜਾ ਅਸੀਂ ਕਹਿੰਦੇ ਆ, ਉਹ ਸਾਡੀਆਂ ਜਿਹੜੀ ਕੌਮਾਂ ਦੇ ਹੀ ਬੰਦੇ ਕਰਦੇ ਨੇ ਜਾਂ ਪਿੱਠ ਛੁਰਾ ਮਾਰਦੇ ਨੇ। ਪੰਜਾਬੀ ਦੀ ਗੱਲ ਕਰਦੇ ਤਾਂ ਪੰਜਾਬੀ ਦੇ ਜਿਹੜੇ ਚਹੇਤੇ ਅਸੀਂ ਕਹਿੰਦੇ, ਉਹੀ ਪੰਜਾਬੀ ਦੀ ਪਿੱਠ ਛੁਰਾ ਮਾਰਦੇ ਨੇ। ਇਹ ਵੀ ਨਾਲ ਇੱਕ ਢੁਕਦਾ ਹੋ ਗਿਆ ਮੁਹਾਵਰਾ, ਪਿੱਠ ਛੁਰਾ ਮਾਰਨਾ ਬੜੀ। ਦੂਜੀ ਗੱਲ ਰਹੀ ਗੁਰਦਾਸ ਮਾਨ ਜੀ ਦੀ, ਵੇਖੋ ਜੀ ਮੇਰੀ ਗੱਲ ਸੁਣੋ ਭਾਜੀ ਜੀ, ਅੱਜ ਕੱਲ ਬੜਾ ਫੈਸ਼ਨ ਚੱਲਿਆ ਪੰਜਾਬੀ ਇੰਗਲਿਸ਼ ਚ ਲਿਖ ਕੇ ਬੋਲਦੇ ਆ, ਲਿਖਦੇ ਆ, ਘੱਲਦੇ ਆ ਮੈਸੇਜ ਲੋਕ। ਤੇ ਵੇਖੋ ਜੀ ਉਸ ਟਾਈਮ ਦਾ ਸਮਾਂ ਹੀ ਏਦਾਂ ਦੇ, ਪੰਜਾਬੀ ਉਰਦੂ ਚ ਵੀ ਲਿਖੀ ਜਾਂਦੀ ਸੀ, ਉਰਦੂ ਚ ਵੀ ਪੰਜਾਬੀ ਲਿਖੀ ਜਾਂਦੀ ਸੀ, ਸ਼ਾਹਮੁਖੀ ਹੁੰਦੀ ਸੀ, ਗੁਰਮੁਖੀ ਹੁੰਦੀ ਸੀ, ਲਿਖੀ ਜਾਂਦੀ ਸੀ ਜੀ, ਫਾਰਸੀ ਚ ਵੀ ਪੰਜਾਬੀ ਲਿਖੀ ਜਾਂਦੀ ਸੀ ਜੀ, ਬਿਲਕੁਲ ਬਿਲਕੁਲ ਬਿਲਕੁਲ, ਪੰਜਾਬੀ ਨਹੀਂ ਲਿਖੀ। ਇੰਗਲੈਂਡ ਗੋਰੇ ਜਿਹੜੂ ਆਏ ਸੀ ਕਿ ਉਹ ਪੰਜਾਬੀ ਬੋਲਦੇ ਸੀ, ਨਹੀਂ ਜੀ ਬਿਲਕੁਲ ਜੀ, ਬਿਲਕੁਲ, ਬਹੁਤ ਮਿਹਰਬਾਨੀ ਹਰਪ੍ਰੀਤ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ। ਕਾਲ ਜਿਹੜੀ ਹੈ ਉਹ ਕੱਟ ਗਈ ਹੈ। ਵੈਸੇ ਗੱਲ ਅਸੀਂ ਪੰਜਾਬੀ ਦੀ ਅੱਜ ਨਹੀਂ ਕਰ ਰਹੇ, ਪਰ ਪੰਜਾਬੀ ਦੀ ਗੱਲ ਤਾਂ ਜਦੋਂ ਮਰਜ਼ੀ ਕਰ ਸਕਦੇ, ਇਹਦੀ ਕੋਈ ਸਮਾਂ ਨਹੀਂ ਹੈਗਾ, ਕੋਈ ਦਿਨ ਨਹੀਂ ਹੈਗਾ, ਕੋਈ ਵਿਸ਼ਾ ਨਹੀਂ ਹੈਗਾ ਪੰਜਾਬੀ ਦੀ ਗੱਲ ਕਰਨਾ। ਪੰਜਾਬੀ ਦੀ ਗੱਲ ਜਦੋਂ ਮਰਜ਼ੀ ਅਸੀਂ ਕਰ ਸਕਦੇ ਹਾਂ, ਪਰ ਜਿਹੜੀ ਇਹ ਗੱਲ ਮੈਂ ਕੀਤੀ ਸੀਗੀ ਥਾਲੀ 'ਚ ਛੇਦ ਕਰਨ ਵਾਲੀ ਗੱਲ, ਅਸੀਂ ਸੋਸ਼ਲ ਲੈਵਲ 'ਤੇ ਦੇਖੀਏ, ਜੇ ਅਗਰ ਅਸੀਂ ਵੱਡੇ ਲੈਵਲ 'ਤੇ ਦੇਖੀਏ, ਲੀਡਰਾਂ ਦੀ ਗੱਲ ਆ ਗਈ, ਉਦੋਂ ਉੱਚਾ ਲੈਵਲ ਜਿਹੜਾ ਉਹ ਹੈਗਾ ਸਾਡੇ, ਇਹ ਜਿਹੜੇ ਅਸੀਂ ਕੌਮ ਦੀ ਗੱਲ ਕਰਦੇ, ਕੌਮ ਦੇ ਗਦਾਰ ਪਿੱਠ ਛੁਰਮ ਮਾਰਦੇ ਨੇ, ਉਹ ਜਾਣੀ ਕਿ ਥਾਲੀ 'ਚ ਛੇਦ ਕਰਦੇ ਨੇ, ਕੌਮ ਨੇ ਸਾਨੂੰ ਸਾਰਾ ਕੁਝ ਦਿੱਤਾ, ਅਤੇ ਕੌਮ ਦਾ ਜਦੋਂ ਅਸੀਂ ਬੁਰਾ ਕਰਦੇ, ਨੁਕਸਾਨ ਕਰਦੇ, ਤਾਂ ਉਹ ਅਸਲ 'ਚ ਵੱਡਾ ਥਾਲੀ ਛੇਦ ਉਹ ਆ। ਪਰ ਆਮ ਜਿਹੜੇ ਛੇਦ ਨੇ ਉਹ ਇਹ ਅਕਸਰ ਦੇਖਣ ਦੇ ਵਿੱਚ ਮਿਲ ਜਾਂਦਾ ਵੀ ਤੁਹਾਡਾ ਖਾਸ ਬੰਦਾ ਜਿਹਨੂੰ ਤੁਸੀਂ ਪੂਰਾ ਸੈੱਟ ਕਰਿਆ, ਪੂਰਾ ਸੈੱਟ ਕਰਿਆ, ਤੁਹਾਡਾ ਦੋਸਤ ਹੈ, ਖਾਸ ਦੋਸਤ ਤੁਹਾਡੇ ਕੋਲ ਆਉਂਦਾ ਜਾਂਦਾ ਆਫਿਸ ਦੇ ਵਿੱਚ, ਅਤੇ ਆਫਿਸ ਤੁਸੀਂ ਉਹਨੂੰ ਕਹਿ ਦਿੰਦੇ ਜੀ ਵੀ ਇਹ ਅਕਾਊਂਟੈਂਟ ਹੈ ਮੇਰਾ, ਇੰਨਾ ਵਧੀਆ ਇਮਾਨਦਾਰ ਆ ਨਾ, ਪੁੱਛੋ ਨਾ, ਮੈਂ ਤਾਂ ਸਾਰਾ ਕੰਮ ਇਹਦੇ 'ਤੇ ਛੱਡਿਆ। ਉਹੀ ਪਤਾ ਲੱਗਦਾ ਜੀ ਮਹੀਨੇ ਕੁ ਬਾਅਦ ਉਹੋ ਹੀ ਅਕਾਊਂਟੈਂਟ ਦੂਜੇ ਬੰਦੇ ਕੋਲ ਪਹੁੰਚਿਆ ਹੁੰਦਾ, ਉਹਨੂੰ ਤਨਖਾਹ ਦਾ ਲਾਲਚ ਦੇ ਕੇ, ਹੋਰ ਲਾਲਚ ਦੇ ਕੇ ਉੱਥੋਂ ਪੱਟ ਲੈਂਦੇ ਨੇ। ਪੱਟ ਇਹ ਵੀ ਇੱਕ ਆਮ ਚੀਜ਼ ਹੈਗੀ ਆ, ਕੋਈ ਇਕੱਲਾ, ਚਲੋ ਹੋਰ ਛੋਟੇ ਲੈਵਲ ਦੀ ਗੱਲ ਕਰੀਏ, ਤਾਂ ਕੋਈ ਮੁਲਾਜ਼ਮ ਕਿਸੇ ਦੇ ਕੁੱਕ ਹੈ ਘਰੇ, ਰਸੋਈਆ ਰੱਖਿਆ ਪੰਜਾਬ ਦੇ ਵਿੱਚ, ਕਿਸੇ ਨੇ ਰੱਖਿਆ ਖਾਸ ਯਾਰ ਦੋਸਤ ਹੈ ਕੋਈ, ਉਦੋਂ ਤਾਰੀਫ ਕਰਤੀ ਖਾਣੇ ਦੀ ਵੀ, ਇਹਨੇ ਖਾਣਾ ਬੜਾ ਵਧੀਆ ਬਣਾਉਂਦਾ, ਬੜਾ ਵਧੀਆ ਜੇ ਉਹ, ਅਤੇ ਬਾਅਦ 'ਚ ਉਹੀ ਪਤਾ ਲੱਗਦਾ 4 ਦਿਨਾਂ ਬਾਅਦ ਉਹੀ ਜਿਹੜਾ ਰਸੋਈ ਆ ਉਹ ਫਿਰ ਦੂਜੇ ਲੀਡਰ ਦੇ ਘਰੇ ਹੁੰਦਾ। ਇਹ ਇੱਦਾਂ ਦੇ ਇਹ ਆਮ ਗੱਲਾਂ ਹੈਗੀਆਂ ਨੇ, ਪਰ ਅਸਲ ਦੇ ਵਿੱਚ ਇਹ ਮੁਹਾਵਰਾ ਜਿਹੜਾ ਥਾਲੀ ਵਿੱਚ ਛੇਦ ਕਰਨਾ, ਜਿਵੇਂ ਇਹਨਾਂ ਨੇ ਸਾਡੇ ਲਾਸਟ ਕਾਲਰ ਨੇ ਕਿਹਾ, ਛੇਦ ਉਹ ਹੈ ਜਦੋਂ ਸਾਡੀ ਕਿਸੇ ਕੌਮ 'ਤੇ ਬਣਦੀ ਗੱਲ, ਕੌਮ ਨਾਲ ਇੱਦਾਂ ਕੋਈ ਕਰਦਾ, ਵੱਡਾ ਛੇਦ ਉਹ ਹੈ, ਜਾਂ ਸਾਡੀ ਮਾਂ ਬੋਲੀ ਜਿਹੜੀ ਹੈਗੀ ਉਹਨਾਂ ਕੋਈ ਇੱਦਾਂ ਕਰਦਾ, ਜਾਂ ਜਿਹੜੇ ਹੈਗੇ ਨੇ ਸਾਡੇ ਹੋਰ ਕੋਈ ਧਰਮ ਦੇ ਖੇਤਰ ਦੀ ਗੱਲ ਕਰੀਏ ਤਾਂ ਉਹਨਾਂ ਕੋਈ ਇੱਦਾਂ ਕਰਦਾ। ਕਾਲਾਂ ਲਗਾਤਾਰ ਫਲੈਸ਼ ਕਰ ਰਹੀਆਂ ਨੇ, ਬ੍ਰੇਕ ਤੋਂ ਬਾਅਦ ਕਾਲਾਂ ਲੈਣ ਦੀ ਕੋਸ਼ਿਸ਼ ਕਰਾਂਗੇ, ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਆਖਰੀ ਪੜਾਅ, ਜਿਹੜਾ ਪ੍ਰੋਗਰਾਮ ਦਾ ਸਮਾਂ ਵੈਸੇ ਤਕਰੀਬਨ ਖਤਮ ਹੋ ਚੁੱਕਾ। ਕਾਲਾਂ ਤੁਹਾਡੀਆਂ 4 ਕਾਲਾਂ ਹੋਰ ਹੈਗੀਆਂ, ਮੈਂ ਹੱਥ ਜੋੜ ਕੇ ਮੁਆਫੀ ਚਾਹੁੰਦਾ, ਕਾਲਾਂ ਹੋਰ ਨਹੀਂ ਲੈ ਹੋਣੀਆਂ। ਬਹੁਤ ਸਾਰੇ ਭੈਣ ਭਰਾ ਦੋਸਤ ਮਿੱਤਰ ਜਿਹੜੇ ਆ ਇਸ ਵਿਸ਼ੇ 'ਤੇ ਗੱਲ ਕਰਨਾ ਚਾਹੁੰਦੇ ਸੀ, ਪਰ ਅੱਜ ਜ਼ਿਆਦਾ ਗੱਲ ਜਿਹੜੀ ਫਿਰ ਪੰਜਾਬੀ ਬੋਲੀ ਦੀ, ਪੰਜਾਬੀ ਬੋਲੀ ਦੀ ਗੱਲ ਅਸੀਂ ਕਦੇ ਵੀ ਕਰ ਸਕਦੇ ਹਾਂ, ਇਹਦੇ ਵਾਸਤੇ ਵਿਸ਼ੇ ਦੀ ਲੋੜ ਨਹੀਂ ਜਾਂ ਵਿਸ਼ੇ ਦੇ ਵਿੱਚ ਰਹਿਣ ਦੀ ਲੋੜ ਨਹੀਂ। ਵਿਸ਼ਾ ਵੀ ਅਸੀਂ ਪੰਜਾਬੀ 'ਚ ਹੀ ਕਰਦੇ, ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ। ਸੋ ਮੁੱਕਦੀ ਗੱਲ ਇਹ ਹੈ, ਹੱਥ 'ਚ ਬੰਨ੍ਹ ਕੇ ਬੇਨਤੀ ਹੈ, ਵਿੱਚੇ ਮੈਂ ਵੀ ਵਿੱਚੇ ਆ ਗਿਆ, ਮੈਨੂੰ ਆਪਣੇ ਆਪ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜੇ ਕੋਈ ਕਿਸੇ ਦੀ ਸਪੋਰਟ ਕਰਦਾ, ਉਹਦਾ ਵਾਪਸ ਉਹਦਾ ਅਸੀਂ ਬਦਲਾ ਬੇਸ਼ੱਕ ਨਹੀਂ ਦੇ ਸਕਦੇ, ਉਹਦੀ ਥਾਲੀ 'ਚ ਛੇਕ ਨਾ ਕਰੀਏ, ਘੱਟੋ ਘੱਟ ਮੈਂ ਕਹਿਣ ਤੋਂ ਭਾਵ ਕਿ ਉਹਦਾ ਨੁਕਸਾਨ ਨਾ ਕਰੀਏ, ਐਸਾ ਕੰਮ ਨਾ ਕਰੀਏ ਕਿ ਜਿਹਦੇ ਨਾਲ ਉਹਦਾ ਨੁਕਸਾਨ ਹੋਵੇ। ਅਕਸਰ ਇਹ ਚੀਜ਼ਾਂ ਇੱਧਰਲੇ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ, ਬਾਹਰਲੇ ਪਹਿਲਾਂ ਜਦੋਂ ਦੁਬਈ ਦੇ ਵਿੱਚ ਸਾਡੇ ਪੰਜਾਬੀ ਆਏ ਸੀ, ਉੱਥੇ ਵੀ ਇਹ ਚੀਜ਼ ਸ਼ੁਰੂ ਹੋਈ ਸੀ, ਇੱਕ ਠੇਕੇਦਾਰ ਪਹਿਲਾਂ ਹੈਗਾ ਉਹ ਪੈਸੇ ਇੰਨੇ ਦਿੰਦਾ, ਅਤੇ ਵਿੱਚੋਂ ਕੋਈ ਮੇਰੇ ਵਰਗਾ ਉੱਠ ਕੇ ਜਿਹੜਾ ਉਸੇ ਠੇਕੇਦਾਰ ਨਾਲ ਗਿਆ ਹੁੰਦਾ ਤਾਂ ਉਹਨੂੰ ਕਹਿ ਦਿੰਦਾ ਜਾ ਕੇ, ਜਿਹੜਾ ਕਿ ਰਬਾਬ ਰੂ ਹੁੰਦੇ ਉੱਧਰ, ਵੀ ਭਾਈ ਇਹ ਤੁਸੀਂ ਇਹਨੂੰ ਇੰਨੇ ਪੈਸੇ ਦਿੰਦੇ, ਮੈਂ ਤੁਹਾਨੂੰ ਇੰਨੇ ਬੰਦੇ ਇੰਨੇ 'ਚ ਲਿਆ ਕੇ ਦਿੰਦਾ, ਲਓ ਜੀ ਅਗਲੇ ਦਾ ਕੰਮ ਠੱਪ।
ਇਹੋ ਜਿਹੇ ਕੇਸ ਤਕਰੀਬਨ ਹਰ ਜਗ੍ਹਾ ਹੁੰਦੇ ਆ। ਸੋ ਇਹੋ ਜਿਹੇ ਕੇਸ ਨਾ ਹੋਣ ਤਾਂ ਚੰਗਾ, ਪਿਆਰ ਮੁਹੱਬਤ ਹੋਰ ਵੱਧਦਾ। ਜੇ ਕਿਸੇ ਨੇ ਕਰਿਆ ਉਹਦਾ ਚੰਗਾ ਨਹੀਂ ਕਰ ਸਕਦੇ ਤਾਂ ਉਹਨੂੰ ਉਹਦਾ ਸਤਿਕਾਰ ਜ਼ਰੂਰ ਆਪਾਂ ਕਰਨਾ ਚਾਹੀਦਾ, ਆਪਾਂ ਨੂੰ ਜਿਹਨੇ ਸਾਡੇ ਵਾਸਤੇ ਕੁਛ ਕੀਤਾ। ਸੋ ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਇੱਥੇ ਵੀ ਕਾਲ ਕਰਕੇ ਕੋਈ ਵੀ ਕੈਲੀਫੋਰਨੀਆ ਦੀ ਗਤੀਵਿਧੀ ਹੈਗੀ ਆ ਉਹ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਅਖੀਰ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।